ਕਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਾਮ ਦਿਵਸ ਕੇ ਚੜ੍ਹੇ ਤੇ ਲਾਵਪੁਰ ਤੇ ਪ੍ਰਸਥਾਨ ਤੀਨ ਜਾਮ ਮਾਰਗ ਚਲੇ ਪੁਨ ਨਿਸਕੀਨ ਭਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੰਧਿਆ ਦੇ ਦੀਵਾਨ ਸਜੇ ਹਨ ਸੋਧਾ ਲਹਿਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਪਾਤਸ਼ਾਹ ਦੇ ਪਾਤਸ਼ਾਹ ਸਤਿਗੁਰੂ ਜਿਸ ਸਮੇਂ ਸਾਧ ਸੰਗਤ ਜੀ ਮਹਾਰਾਜ ਦੀ ਧਰਤੀ 'ਤੇ ਮੋਰਚੇਬੰਦੀ ਕਰਕੇ ਬੈਠੇ ਹਨ ਉਧਰੋਂ ਲਲਾ ਬੇਗ ਕਾਬਲ ਬੇਗ ਕੰਬਰ ਬੇਗ ਸੂਬੇਦਾਰ ਕਾਬਲ ਦਾ ਲਲਾ ਬੇਗ ਬੜੀ ਭਾਰੀ ਫੌਜ ਲੈ ਕੇ ਜੰਗ ਨੂੰ ਚੜ੍ਹਿਆ ਹੈ ਮਾਰੋ ਮਾਰ ਕਰਦਾ ਹੋਇਆ ਇਹ ਆ ਰਿਹਾ ਪਰ ਰਸਤੇ 'ਚ ਥਕਾਵਟ ਇਹਨਾਂ ਨੂੰ ਬਹੁਤ ਜ਼ਿਆਦਾ ਹੋ ਗਈ ਬਾਦਸ਼ਾਹ ਦਾ ਹੁਕਮ ਸੀ ਰਸਤੇ 'ਚ ਠਹਿਰਨਾ ਨਹੀਂ ਕਿਤੇ ਲਾਹੌਰ ਤੋਂ ਤੁਰੇ ਸਾਰਾ ਦਿਨ ਤੁਰਦੇ ਆਏ ਰਾਤ ਅੱਧੀ ਵੇਲੇ ਸਤਲੁਜ ਅਤੇ ਬਿਆਸਾ ਤੋਂ ਪਾਰ ਹੋਏ ਹਨ ਔਰ ਜਦੋਂ ਪਾਰ ਹੋਏ ਠੰਡ ਬਹੁਤ ਜ਼ਿਆਦਾ ਸੀ ਠਰ ਗਏ ਉੱਥੇ ਕੁਝ ਸਮਾਂ ਆਰਾਮ ਕੀਤਾ ਫਿਰ ਸਾਰਾ ਦਿਨ ਤੁਰਦੇ ਆਏ ਹਨ ਲਗਭਗ 13-14 ਪੈਰ ਤੁਰ ਤੁਰ ਕੇ ਥੱਕ ਗਏ ਭੁੱਖੇ ਪਿਆਸੇ ਇਹਨਾਂ ਦੀ ਕੀ ਹਾਲਤ ਹੈ ਅੱਗੋਂ ਸਿੱਖਾਂ ਨੇ ਕਿਵੇਂ ਇਹਨਾਂ ਦਾ ਸਵਾਗਤ ਕੀਤਾ ਗੋਲੀਆਂ ਨਾਲ ਤੀਰਾਂ ਨਾਲ ਜੰਗ ਆਰੰਭ ਹੋਇਆ ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ ਮਨ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਾਮ ਦਿਵਸ ਕੇ ਚੜ੍ਹੇ ਤੇ ਜਦੋਂ ਸਾਧ ਸੰਗਤ ਜੀ ਇੱਕ ਪੈਰ ਦਿਨ ਚੜ੍ਹ ਗਿਆ ਲਾਹੌਰ ਤੇ ਪ੍ਰਸਥਾਨ ਉਸ ਵੇਲੇ ਇਹ ਲਾਹੌਰ ਤੋਂ ਚੱਲੇ ਸਨ ਯਾਨੀ ਤਿਆਰੀ ਕਰਦਿਆਂ ਕਰਦਿਆਂ ਨੂੰ ਇੱਕ ਰਾਤ ਪਹਿਲੀ ਇਹਨਾਂ ਨੂੰ ਲੱਗ ਗਈ ਤੇ ਅਗਲੇ ਦਿਨ ਸਵੇਰੇ ਤੁਰਨ ਲੱਗਿਆ ਵੀ 10-11 ਵੱਜ ਗਏ ਤੀਨ ਜਾਮ ਮਾਰਗ ਚਲੇ ਤੇ 11 ਵਜੇ ਦੇ ਤੁਰੇ ਰਾਤ ਪੈਂਦੀ ਤੱਕ ਤੁਰੇ ਹੀ ਆਏ ਪੁਨ ਨਿਸਕੀਨ ਪਿਆਨ ਫਿਰ ਰਾਤ ਇਹਨਾਂ ਨੇ ਤੁਰਦੇ ਰਹੇ ਰਾਤ ਵੀ ਨਹੀਂ ਰੁਕੇ ਹਨੇਰਾ ਪਿਆ ਛਾਉਣੀ ਨਹੀਂ ਪਾਈ ਕਹਿੰਦੇ ਦਰਿਆ ਪਾਰ ਕਰ ਚੱਲੀਏ ਤੇ ਦਰਿਆ ਪਾਰ ਕਰਨ ਦੇ ਲਾਲਚ ਨਾਲ ਅੱਧੀ ਰਾਤ ਕਰ ਲਈ ਯਾਨੀ 11-12 ਵਜੇ ਤੱਕ ਰਾਤ ਠੰਡ ਵੀ ਬੜੀ ਸੀਗੀ ਹਨੇਰਾ ਵੀ ਸੀ ਇਹ ਤੁਰੇ ਆਏ ਵਾਹਦਾਈ ਜਿੱਥੇ ਦੋ ਦਰਿਆ ਇਕੱਠੇ ਹੁੰਦੇ ਨੇ ਹਰੀਕਾ ਪੱਤਣ ਇਹ ਜਿੱਥੇ ਸਾਧ ਸੰਗਤ ਜੀ ਤਰਨ ਤਾਰਨ ਸਾਹਿਬ ਤੋਂ ਆਪਾਂ ਮਾਲਵੇ ਵੱਲ ਜਾਂਦੇ ਹਾਂ ਫਰੀਦਕੋਟ ਵੱਲ ਸੜਕਾਂ ਜਾਂਦੀਆਂ ਜਿਹੜੀਆਂ ਉਹਦੇ 'ਤੇ ਜਾ ਕੇ ਪੈਂਦਾ ਹਰੀਕਾ ਪੱਤਣ ਹੈੱਡ ਬਣਿਆ ਹੋਇਆ ਦੋ ਦਰਿਆ ਇਕੱਠੇ ਉੱਥੇ ਸਤਲੁਜ ਅਤੇ ਬਿਆਸਾ ਇਕੱਠੇ ਹੁੰਦੇ ਉੱਥੋਂ ਇਹਨਾਂ ਨੇ ਫਿਰ ਦਰਿਆ ਤੋਂ ਬੇੜੀਆਂ ਦੇ ਰਾਹੀਂ ਆਪਣਾ ਲਸ਼ਕਰ ਪਾਰ ਕੀਤਾ ਚੋਪਈ ਕੁਛ ਬਿਸਰਾਮ ਕੀਨ ਸ਼ਰਮ ਹੋਏ ਬਹੁਤ ਥੱਕ ਗਏ ਸਨ ਅੱਧੀ ਰਾਤ ਵੇਲੇ ਦਰਿਆ ਪਾਰ ਕਰਕੇ ਕੁਝ ਸਮਾਂ ਆਰਾਮ ਕੀਤਾ ਹੈ ਦੋ ਇੱਕ ਜਾਮ ਨੀਠ ਹੀ ਸੋਏ ਅਸੀਂ 12-1 ਵਜੇ ਰਾਤ ਨੂੰ ਇਹਨਾਂ ਨੂੰ ਆਰਾਮ ਕਰਨ ਨੂੰ ਮੌਕਾ ਮਿਲਿਆ ਅਤੇ ਸਵੇਰੇ 6-1 ਵਜੇ ਫਿਰ ਉੱਠ ਪਏ
ਡੇਢ ਦੋ ਪੈਰ ਮਸੀ ਸੁੱਤੇ ਹਨ। ਬਹੁਰ ਚੜੇ ਦਿਨ ਸਗਰੇ ਚਾਲੇ, ਫਿਰ ਚੱਲ ਪਏ, ਫਿਰ ਸਾਰਾ ਦਿਨ ਤੁਰੇ ਆਏ, ਫੌਜਾਂ ਤੁਰੀਆਂ ਰਹੀਆਂ ਇਹਨਾਂ ਦੀਆਂ। ਚਾਰ ਜਾਮ ਹੈ ਪੰਥ ਵਸਾਲੇ, ਚਾਰ ਪੈਰ ਸਾਰਾ ਦਿਨ ਸਫ਼ਰ ਵਿੱਚ ਹੀ ਲੰਘਿਆ, ਕਿਤੇ ਰੁਕ ਕੇ ਆਰਾਮ ਨਹੀਂ ਕੀਤਾ। ਬਹੁਰ ਨਿਸ਼ਾ ਦੂਸਰ ਹੋਏ ਆਈ, ਦੂਜੀ ਰਾਤ ਆ ਗਈ। ਪਹਿਲੀ ਰਾਤ ਇਹਨਾਂ ਨੂੰ ਬਿਆਸਾ ਸਤਲੁਜ ਦੇ ਪੱਤਣ 'ਤੇ ਆਈ ਸੀ, ਹਰੀਕੇ ਪੱਤਣ 'ਤੇ, ਅਤੇ ਦੂਜੀ ਰਾਤ ਮਾਲ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਹਨੇਰਾ ਪੈ ਗਿਆ। ਕਿਸ ਕਿਸ ਖਾਨੋਂ ਕੀਨ ਬਣਾਈ, ਕਿਸੇ ਕਿਸੇ ਨੇ ਖਾਣਾ ਬਣਾ ਕੇ ਖਾ ਲਿਆ, ਸਾਰਿਆਂ ਨੂੰ ਖਾਣਾ ਵੀ ਨਹੀਂ ਮਿਲਿਆ। 35,000 ਬੰਦੇ ਨੂੰ ਖਾਣਾ ਬਣਾਉਣਾ ਖਵਾਉਣਾ ਕਿਹੜਾ ਸੌਖਾ ਕੰਮ ਹੁੰਦਾ? 35 ਬੋਰੀਆਂ ਆਟਾ ਹੋਵੇ ਨਾ ਘੱਟੋ ਘੱਟ, ਵੈਸੇ ਤਾਂ ਪੁਰਾਣੇ ਜ਼ਿਆਦਾ ਖਾ ਜਾਂਦੇ ਸੀ, ਪਰ ਮੋਟਾ ਜਿਹਾ ਅੰਦਾਜ਼ਾ ਵੀ ਇੰਨਾ ਆਟਾ ਗੁੰਨਣਾ, ਇੰਨੀਆਂ ਬੋਰੀਆਂ, 35 ਕੁਇੰਟਲ, 40 ਕੁਇੰਟਲ ਪਕਾਉਣਾ, ਫਿਰ ਵਰਤਾਉਣਾ, ਕਿਹੜਾ ਸੌਖਾ ਸੀਗਾ। ਕਿਸੇ ਕਿਸੇ ਨੇ ਖਾਣਾ ਖਾਧਾ, ਕੋਈ ਭੁੱਖਾ ਹੀ ਰਹਿ ਗਿਆ। ਦਾਣਾ ਦੀਨ ਸਕਿਨਹੋ ਨਿਹਾਰੀ, ਕਿਸੇ ਨੇ ਆਪਣੇ ਘੋੜਿਆਂ ਦੀ ਨਿਹਾਰੀ ਦਾਣਾ ਦੂਣਾ ਸੀਗਾ ਜਿਹੜਾ ਕੋਲ 2-4 ਸਿਰ, ਉਹ ਪਾ ਲਿਆ ਘੋੜਿਆਂ ਨੂੰ, ਘੋੜੇ ਵੀ ਭੁੱਖੇ ਤੇ ਉੱਤੇ ਸਵਾਰ ਵੀ ਭੁੱਖੇ ਹੀ, ਵਾਹਦਾਈ ਤੁਰੇ ਆਏ। ਤਉ ਸ਼ਰਮਤ ਬੜ ਭੇ ਮਗ ਭਾਰੀ, ਰਸਤੇ 'ਚ ਥਕਾਵਟ ਵੀ ਬਹੁਤ ਹੋ ਗਈ, ਇੱਕ ਥਕਾਵਟ, ਇੱਕ ਭੁੱਖ, ਪੁਨੀਂਦਰਾ, ਤੇ ਇਹਨਾਂ ਦਾ ਸਰੀਰ ਅੱਧੇ ਨਾਲੋਂ ਜ਼ਿਆਦਾ ਤਾਂ ਕੁਦਰਤ ਨੇ ਹੀ ਖਤਮ ਕਰਤੇ, ਮਾਰ ਦਿੱਤੇ। ਰੂਪਾ ਗ੍ਰਾਮ ਉਲੰਘ ਕਰ ਆਏ, ਇਹਨਾਂ ਨੂੰ ਪਤਾ ਲੱਗਾ ਸੀ ਵੀ ਰੂਪੇ ਪਿੰਡ ਗੁਰੂ ਸਾਹਿਬ ਠਹਿਰੇ ਹੋਏ, ਜਦੋਂ ਰੂਪੇ ਪਿੰਡ ਆਏ ਤੇ ਉੱਥੇ ਗੁਰੂ ਸਾਹਿਬ ਹੈ ਕੋਈ ਨਹੀਂ। ਰੂਪਾ ਪਿੰਡ ਲੰਘ ਕੇ ਹਮੈਂ ਦੇਖਾ ਬਹੁ ਗ੍ਰਾਮਣ ਕੇ ਆਗੂ ਲਿਆਏ, ਬਹੁਤ ਸਾਰੇ ਪਿੰਡਾਂ ਦੇ ਬੰਦੇ, ਚੌਧਰੀ, ਮੁਖੀਏ ਇਹਨਾਂ ਨੇ ਫੜ ਲਏ। ਉਹਨਾਂ ਨੂੰ ਫੜ ਕੇ ਕਹਿੰਦੇ ਆ ਵੀ ਤੁਹਾਡੇ ਇਲਾਕੇ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਆਏ, ਸਾਨੂੰ ਦੱਸੋ ਗੁਰੂ ਕਿੱਥੇ ਹੈ, ਗੁਰੂ ਦੀ ਸਾਨੂੰ ਸੂਹ ਦਿਓ, ਗੁਰੂ ਦਾ ਟਿਕਾਣਾ ਦੱਸੋ। ਉਹਨਾਂ ਨੂੰ ਫੜ ਕੇ ਅੱਗੇ ਲਾ ਲਿਆ। ਕਹਾਂ ਕਿ ਜਿਸ ਥਲ ਕੋ ਗੁਰ ਕੋ ਡੇਰਾ, ਲਲਾ ਬੇਗ ਪਿੰਡਾਂ ਦੇ ਮੁਖੀਆਂ ਨੂੰ ਕਹਿੰਦਾ ਵੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਹੈ, ਜਿੱਥੇ ਗੁਰੂ ਦੀ ਛਾਉਣੀ ਹੈ, ਹਮੈਂ ਦਿਖਾਏ ਦੇਹੋ ਇੱਕ ਬੇਰਾ, ਸਾਨੂੰ ਉਹ ਜਗ੍ਹਾ ਤੇ ਲੈ ਚੱਲੋ, ਸਾਨੂੰ ਇੱਕ ਵਾਰੀ ਦਿਖਾ ਦਿਓ। ਗ੍ਰਾਮਣ ਕੇ ਨਰ ਕੋ ਬਹੁਤ ਤਾਰੈ, ਪਿੰਡਾਂ ਦੇ ਲੋਕਾਂ ਨੂੰ ਝਿੜਕਦੇ ਨੇ, ਤਾੜਦੇ ਨੇ, ਕਹਿੰਦੇ ਆ ਵੀ ਤੁਸੀਂ ਦੱਸੋ ਸਾਨੂੰ ਛੇਤੀ ਨਾਲ। ਡਰ ਡਰ ਕਰ ਆਗੂ ਅਦਰ ਪਧਾਰੈ, ਉਹ ਵਿਚਾਰੇ ਪਿੰਡਾਂ ਦੇ ਲੋਕ ਡਰਦੇ ਮਾਰੇ ਅੱਗੇ ਅੱਗੇ ਤੁਰੇ ਜਾਂਦੇ ਆ, ਦੱਸੀ ਜਾਂਦੇ ਆ ਗੁਰੂ ਦੇ ਡੇਰੇ ਬਾਰੇ। ਅਸੀਂ ਤਾਂ ਸੁਣਿਆ ਸੀ ਜੀ ਰੂਪੇ ਪਿੰਡ ਹੈ, ਫਿਰ ਕਿਸੇ ਨੇ ਆਖਿਆ ਕਾਂਗੜ ਚਲੇ ਗਏ, ਫਿਰ ਕਿਸੇ ਨੇ ਦੱਸਿਆ ਨਹੀਂ ਕਾਂਗੜ ਤੋਂ ਵੀ ਚਲੇ ਗਏ। ਇਸ ਤਰ੍ਹਾਂ ਪੁੱਛਦੇ ਪਛਾਣਦੇ ਦੱਸਦੇ ਦਸਾਂਦੇ ਤੁਰੇ ਆਉਂਦੇ ਹਨ। ਤ੍ਰੋਦਸ ਜਾਮ ਸੋ ਚਲਤ ਬਿਤਾਏ, ਸਾਧ ਸੰਗਤ ਜੀ ਨਾਲ ਤੁਰਦਿਆਂ 13 ਪੈਰ ਹੋ ਗਏ। ਇੱਕ ਪੈਰ 3 ਘੰਟਿਆਂ ਦਾ ਹੁੰਦਾ ਅਤੇ 13 ਪੈਰ ਦਾ ਸਮਝ ਲਓ ਵੀ 39 ਘੰਟੇ ਟਾਈਮ ਜਿਹੜਾ ਇਹਨਾਂ ਨੂੰ ਹੋ ਗਿਆ। ਹਾਂਜੀ, 14ਵੇਂ ਗੁਰਨੀਅਰ ਆਏ ਅਤੇ 14ਵਾਂ ਪੈਰ ਹੋ ਗਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਪਹੁੰਚਿਆ। ਮਹਾਸ਼ਰਮਤ ਅਰ ਸ਼ੁਧਤ ਵਿਸਾਲੇ, 40 ਘੰਟੇ ਲਗਭਗ ਤੁਰਨ ਕਰਕੇ, ਭੁੱਖੇ ਪਿਆਸੇ ਹੋਣ ਕਰਕੇ ਥੱਕੇ ਟੁੱਟੇ 35,000 ਫੌਜੀ ਗੁਰੂ ਦੀ ਮਾਰ ਥੱਲੇ ਆ ਗਏ। ਠਰੇ ਚਰਨ ਘਰ ਲਾਗਤ ਪਾਲੇ, ਹੱਥ ਵੀ ਇਹਨਾਂ ਦੇ ਠੰਡ ਨਾਲ ਠਰੇ ਹੋਏ ਨੇ, ਪੈਰ ਵੀ ਠਰੇ ਹੋਏ ਨੇ, ਅਤੇ ਪਾਲਾ ਲੱਗ ਲੱਗ ਕੇ ਉੱਤੋਂ
ਕੱਕਰ ਪੈ ਰਿਹਾ, ਪੋਹ ਮਾਹ ਦੀ ਰਾਤ ਹੈ, ਦਸੰਬਰ ਦਾ ਮਹੀਨਾ ਜਾਂ ਜਨਵਰੀ ਦਾ ਮਹੀਨਾ, ਇਹ ਠੰਡ ਦਾ ਮੌਸਮ ਸੀਗਾ, ਪੋਹ ਮਾਹ ਦੀ ਰਾਤ ਸੀਗੀ ਅਤੇ ਬਹੁਤ ਜ਼ਿਆਦਾ ਠੰਡ ਪੈ ਰਹੀ ਸੀ, ਪਾਲਾ ਪੈ ਰਿਹਾ ਸੀ। ਤਿੰਨ ਕਾਰਨ ਤੇ ਤੁਰਕਾਨਾ, ਤਿੰਨੇ ਕਾਰਨ ਸੀ ਤੁਰਕਾਂ ਦੀ ਹਾਰ ਦੇ। ਇੱਕ ਤਾਂ ਉਹ ਥੱਕੇ ਹੋਏ ਸੀਗੇ, ਦੂਸਰੇ ਉਹ ਭੁੱਖੇ ਵੀ ਸੀਗੇ, ਤੀਸਰੇ ਉਹ ਠੰਡ ਦੇ ਨਾਲ ਵੀ ਠਰੇ ਹੋਏ ਸੀਗੇ। ਵਿਆਕੁਲ ਹੋਏ ਬਹੁ ਕਿਮ ਸਵਧਾਨਾ, ਵਿਆਕੁਲ ਹੋਏ ਵੇ ਭੁੱਖ ਨਾਲ, ਥਕਾਵਟ ਨਾਲ ਅਤੇ ਠੰਡ ਨਾਲ। ਲੜਾਈ ਵਾਸਤੇ ਸਰੀਰ ਤਿਆਰ ਬਰ ਤਿਆਰ ਚਾਹੀਦਾ, ਚੁਸਤ ਚਾਹੀਦਾ, ਖਾਧਾ ਪੀਤਾ ਹੋਵੇ ਅਤੇ ਥਕਾਵਟ ਨਾ ਹੋਵੇ, ਸਰੀਰ ਨੇ ਕੁਝ ਆਰਾਮ, ਦਿਮਾਗ ਨੂੰ ਆਰਾਮ ਮਿਲਿਆ ਹੋਵੇ। ਜਿਹੜਾ ਬੰਦਾ 40 ਘੰਟੇ ਦਾ ਤੁਰਿਆ ਹੋਇਆ ਉਹਦਾ ਦਿਮਾਗ ਕੀ ਕੰਮ ਕਰੇਗਾ, ਕਿਉਂਕਿ ਹਰ ਬੰਦਾ ਵੱਧ ਤੋਂ ਵੱਧ 8 ਘੰਟੇ, 10 ਘੰਟੇ, 16 ਘੰਟੇ ਕੰਮ ਕਰ ਲਏਗਾ, ਬਾਅਦ 'ਚ ਘੜੀ ਦਾ ਆਰਾਮ ਕਰਨਾ ਪੈਂਦਾ। ਪਰ ਕੁਦਰਤ ਦੀ ਮਾਰ ਵਗੀ ਇਹਨਾਂ ਨੂੰ ਕਿ ਰਸਤੇ 'ਚ ਆਰਾਮ ਹੀ ਨਹੀਂ ਕੀਤਾ, ਤੁਰੇ ਆਏ ਹਨ। ਲਲਾ ਬੇਗ ਯੋ ਤੋ ਸਭ ਸਰਦਾਰਾ, ਕਾਬਲ ਦਾ ਸੂਬੇਦਾਰ ਲਲਾ ਬੇਗ, ਉਹਦੇ ਭਰਾ ਕੰਬਰ ਬੇਗ, ਉਹਦਾ ਭਾਣਜਾ ਕਾਬਲ ਬੇਗ, ਉਹਦੇ ਪੁੱਤਰ, ਸਾਰੀਆਂ ਫੌਜਾਂ। ਨਹਿ ਲਸ਼ਕਰ ਕੋ ਹਾਲ ਵਿਚਾਰਾ, ਲਲਾ ਬੇਗ ਨੇ ਤੇ ਉਹਦੇ ਮੁਖੀਆਂ ਨੇ ਇੰਨਾ ਵੀ ਦਿਮਾਗ ਨਹੀਂ ਕੰਮ ਕੀਤਾ ਵੀ ਆਪਣੀ ਫੌਜ ਨੂੰ ਥੋੜ੍ਹਾ ਆਰਾਮ ਹੀ ਕਰਾ ਲਈਏ, ਕੁਝ ਰੋਟੀ ਪਾਣੀ ਖਵਾ ਲਈਏ, ਇਹ ਥੱਕੇ ਟੁੱਟੇ ਕੀ ਲੜਾਈ ਕਰਨਗੇ, ਭੁੱਖੇ ਪਿਆਸੇ ਕੀ ਲੜਾਈ ਕਰਨਗੇ, ਇੰਨਾ ਦਿਮਾਗ ਹੀ ਨਹੀਂ ਕੰਮ ਕੀਤਾ। ਪਰਮੇਸ਼ਰ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਇਹਨਾਂ ਦੀ। ਆਪ ਧਰੀ ਤਨ ਪਰ ਪੁਸਤੀਨ, ਆਪ ਤਾਂ ਇਹਨੇ ਲੰਮਾ ਸਾਰਾ ਕੋਟ ਪਾਇਆ ਹੋਇਆ ਸੀ, ਪੁਸਤੀਨ ਪਾਈ ਹੋਈ ਸੀ। ਪੁਸਤੀਨ ਸਾਧ ਸੰਗਤ ਜੀ ਚਮੜੇ ਦਾ ਬਣਿਆ ਕੋਟ ਹੁੰਦਾ, ਅੱਜ ਕੱਲ੍ਹ ਵੀ ਮਿਲਦੇ, ਅੱਜ ਕੱਲ੍ਹ ਤਾਂ ਨਕਲੀ ਵੀ ਮਿਲਦੇ ਆ। ਪਹਿਲਾਂ ਜਾਨਵਰਾਂ ਦੇ ਜਿਹੜੇ, ਜਿਨ੍ਹਾਂ ਜਾਨਵਰਾਂ ਦੇ ਪਿੰਡੇ ਦੇ ਬੜੇ ਬੜੇ ਲੰਮੇ ਵਾਲ ਹੁੰਦੇ ਨਾ, ਉਹਨਾਂ ਜਾਨਵਰਾਂ ਦੀ ਖੱਲ ਲਾ ਕੇ ਉਹ ਬਣਾਉਂਦੇ ਸੀ, ਉਹਨੂੰ ਕਹਿੰਦੇ ਸੀ ਪੁਸਤੀਨ। ਉਹ ਬੜਾ ਗਰਮ ਹੁੰਦਾ, ਵਾਲ ਵੀ ਉੱਪਰੋਂ ਜਿਹੜੇ ਗਰਮ ਹੁੰਦੇ, ਚਮੜਾ ਵੀ ਗਰਮ ਹੁੰਦਾ, ਉਹਦਾ ਕੋਟ ਬਣਾਇਆ ਹੋਇਆ। ਆਪ ਤਾਂ ਉਹਨੇ ਪੁਸਤੀਨ ਪਾਈ ਹੋਈ, ਉਹਦੇ ਭਰਾਵਾਂ ਨੇ ਵੀ, ਉਹਦੇ ਭਾਣਜਿਆਂ ਨੇ ਵੀ, ਉਹਦੇ ਪੁੱਤਰਾਂ ਨੇ, ਅਫਸਰਾਂ ਨੇ ਤਾਂ ਵਧੀਆ ਕੱਪੜੇ ਪਾਏ ਹੁੰਦੇ, ਉਹਨਾਂ ਨੂੰ ਤਾਂ ਠੰਡ ਘੱਟ ਲੱਗਦੀ ਹੈ। ਪਰ ਜਿਹੜੇ ਵਿਚਾਰੇ ਆਮ ਸਿਪਾਹੀ ਨੇ, ਆਮ ਫੌਜੀ ਨੇ, ਉਹਨਾਂ ਕੋਲ ਇੰਨੇ ਵਧੀਆ ਕੱਪੜੇ ਨਹੀਂ ਹੁੰਦੇ, ਉਹ ਠੰਡ ਦੇ ਨਾਲ ਠਰਦੇ ਠਰਦੇ ਆ ਰਹੇ ਨੇ। ਤਿਆਰ ਕਰਾਏ ਖਾਨ ਕਰ ਲੀਨ, ਆਪਣੇ ਨੌਕਰਾਂ ਕੋਲੋਂ ਕਿਤੇ ਖਾਣਾ ਬਣਵਾ ਕੇ ਸੂਬੇਦਾਰ ਨੇ ਅਤੇ ਉਹਦੇ ਭਰਾਵਾਂ ਨੇ ਖਾ ਵੀ ਲਿਆ। ਅਤੇ ਜਿਹੜੇ ਆਮ 35,000 ਬੰਦਾ ਨਾਲ ਤੁਰਿਆ ਜਾਂਦਾ ਫੌਜ, ਉਹਨੇ ਕਿੱਥੋਂ ਰੋਟੀ ਖਾਣੀ ਸੀ? ਕਿਸੇ ਨੂੰ ਖਾਣਾ ਮਿਲਿਆ, ਕਿਸੇ ਨੂੰ ਨਾ ਮਿਲਿਆ, ਭੁੱਖੇ ਪਿਆਸੇ ਦੌੜੇ ਆਉਂਦੇ ਹਨ। ਪਰ ਸੁਪਟ ਜਿਹਨ ਲੜਬੋ ਅੱਗੇ, ਹੋਰ ਫੌਜਾਂ ਜਿਹਨਾਂ ਨੇ ਅੱਗੇ ਹੋ ਕੇ ਲੜਨਾ ਸੀਗਾ, ਜਿਨ੍ਹਾਂ ਨੇ, ਕਿਉਂਕਿ ਅਫਸਰਾਂ ਨੇ ਥੋੜ੍ਹਾ ਲੜਨਾ ਸੀ, ਲੜਨਾ ਤਾਂ ਪਹਿਲਾਂ ਸਿਪਾਹੀਆਂ ਨੇ ਹੁੰਦਾ। ਅਫਸਰ ਤਾਂ ਉਦੋਂ ਜਾਂਦੇ ਆ ਜਦੋਂ ਵੀ ਕੋਈ ਦੇਖਿਆ ਵੀ ਹੁਣ ਕੋਈ ਚਾਰਾ ਨਹੀਂ ਅਤੇ ਲੜਨਾ ਹੀ ਪੈਣਾ, ਤੋ ਅਫਸਰ ਆਪ ਤੇ ਖਾ ਪੀ ਕੇ ਤੁਰੇ ਆਉਂਦੇ ਆ, ਨਾਲ ਕੱਪੜੇ ਕੁੱਪੜੇ ਵੀ ਗਰਮ ਪਾਏ ਹੋਏ ਆ, ਕੁਝ ਘੁੱਟ ਘੁੱਟ ਸ਼ਰਾਬ ਦਾ ਪੀ ਲੈਂਦੇ ਆ ਅਤੇ ਤੁਰੇ ਆਉਂਦੇ। ਅਤੇ ਜਿਹੜੇ ਸਿਪਾਹੀ ਨੇ ਵਿਚਾਰੇ, ਉਸ ਥੱਕੇ ਟੁੱਟੇ ਭੁੱਖੇ ਪਿਆਸੇ, ਉਹਨਾਂ ਨੂੰ ਬੜੀ ਮੁਸੀਬਤ ਆ। ਤਿੰਨ ਕਾਰਨ ਤਿੰਨ ਤਨ ਲਾਗੇ, ਤਿੰਨੇ ਹੀ ਕਾਰਨ, ਭੁੱਖ ਦਾ ਵੀ, ਥਕਾਵਟ ਦਾ ਵੀ ਅਤੇ ਠੰਡ ਦਾ ਵੀ, ਇਹਦੇ ਕਰਕੇ ਸਿਪਾਹੀ ਆ ਜਿਹੜੇ ਉਹਨਾਂ ਦੀ ਫੌਜ ਦੇ ਹਨ, ਉਹ ਅੱਧੇ ਨਾਲੋਂ ਜ਼ਿਆਦਾ ਮਰੇ ਪਏ ਹਨ ਇੱਕ ਤਰ੍ਹਾਂ ਨਾਲ। ਕਹਿ ਬਹੁ ਰਹੇ ਨਾ ਕਿਨਹੂੰ ਮਾਨੀ, ਹਾਂ ਅਫਸਰਾਂ ਨੂੰ ਸਿਪਾਹੀਆਂ ਨੇ ਆਖਿਆ, ਖਾਨ ਸਾਹਿਬ ਇੰਨੀ ਕਾਹਲ ਨਾ ਕਰੋ,
ਫੌਜ ਬਹੁਤ ਦੁਖੀ ਹੈ, ਘੋੜੇ ਵੀ ਥੱਕ ਗਏ ਨੇ, ਅਸੀਂ ਵੀ ਥੱਕ ਗਏ ਹਾਂ, ਤੁਸੀਂ ਕੁਝ ਘੰਟੇ ਆਰਾਮ ਕਰ ਲੈਣ ਦਿਓ, ਕੁਝ ਖਾ ਪੀ ਲੈਣ ਦਿਓ, ਸਰੀਰ ਸਾਡੇ ਠੀਕ ਹੋ ਜਾਣਗੇ ਤਾਂ ਹੀ ਗੁਰੂ ਨਾਲ ਲੜਾਂਗੇ, ਅਤੇ ਜੇ ਇੱਦਾਂ ਹੀ ਥੱਕੇ ਟੁੱਟੇ ਗੁਰੂ ਦੇ ਗਲ ਪਵਾਂਗੇ ਤਾਂ ਗੁਰੂ ਅੱਗੋਂ ਸਾਡਾ ਨੁਕਸਾਨ ਕਰੇਗਾ। ਪਰ ਅਫਸਰਾਂ ਦੀ ਬੁੱਧੀ ਭ੍ਰਿਸ਼ਟ ਹੋਈ ਪਈ ਸੀ, ਗੁਰੂ ਨੇ ਮੱਤ ਮਾਰੀ ਹੋਈ ਸੀ, ਗੁਰੂ ਸਾਹਿਬ ਦੀ ਕਲਾ ਵਰਤੀ ਹੋਈ ਸੀ ਕਿ ਉਹਨਾਂ ਨੂੰ ਅਕਲ ਹੀ ਨਹੀਂ ਆਈ ਵੀ ਅਸੀਂ ਆਪਣੇ ਸਿਪਾਹੀਆਂ ਦੀ ਗੱਲ ਸੁਣ ਲਈਏ। ਕਰੈ ਸ਼ਿਗਰਤਾ ਸ਼ਾਹੋ ਬਖਾਨੀ, ਬਸ ਲਲਾ ਬੇਗ ਨੇ ਇੱਕੋ ਹੀ ਰੱਟ ਲਾਈ ਹੋਈ ਸੀ, ਆਪਾਂ ਰੁਕਣਾ ਨਹੀਂ, ਬਾਦਸ਼ਾਹ ਦਾ ਹੁਕਮ ਹੈ, ਛੇਤੀ ਛੇਤੀ ਚੱਲ ਕੇ ਗੁਰੂ ਨੂੰ ਜਿਉਂਦੇ ਫੜਨਾ ਹੈ। ਪਰਮ ਦੁਖੀ ਘਰ ਲਸ਼ਕਰ ਲਿਆਏ, ਇਸ ਤਰ੍ਹਾਂ ਆਪਣੀ ਫੌਜ ਨੂੰ ਬੜਾ ਦੁਖੀ ਕਰਕੇ, ਬੜਾ ਪਰੇਸ਼ਾਨ ਕਰਕੇ ਲਲਾ ਬੇਗ ਲੈ ਆਇਆ। ਸੋ ਸਵਾਰਨ ਕੇ ਨੀਅਰ ਆਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਜੀ ਬੈਠੇ ਸੀ ਮਹਾਰਾਜ ਪਿੰਡ, 4000 ਫੌਜ ਸੀ ਗੁਰੂ ਸਾਹਿਬ ਕੋਲ, ਇੱਕ ਤਲਾਬ ਘੇਰਿਆ ਹੋਇਆ ਸੀ, ਉਹਦੇ ਆਲੇ ਦੁਆਲੇ ਸਿੰਘਾਂ ਨੇ ਛਾਉਣੀ ਪਾਈ ਹੋਈ ਸੀ, ਤੰਬੂ ਲਾਏ ਹੋਏ ਸੀ। 3000 ਫੌਜ ਗੁਰੂ ਸਾਹਿਬ ਦੀ ਸੀ, 1000 ਭਾਈ ਜੋਧ ਰਾਏ ਦੀ ਸੀ, 4000 ਗੁਰੂ ਦੇ ਸਿੱਖ ਸਨ ਸਮਝੋ। ਉਹਨਾਂ ਵਿੱਚੋਂ 100 ਸਿੱਖਾਂ ਦੀ ਫੌਜ ਮਹਾਰਾਜ ਨੇ ਅੱਗੇ ਭੇਜਤੀ ਸੀ ਬਈ ਜਦੋਂ ਦੁਸ਼ਮਣ ਆਵੇ ਨਾ ਉੱਥੇ ਉੱਥੇ ਗੋਲੀ ਚਲਾ ਦਿਓ, ਉੱਥੇ ਹੀ ਜ਼ੋਰ ਲੱਗ ਜਾਵੇ ਉਹਦਾ। ਇਹ ਜੰਗ ਦੀ ਨੀਤੀ ਹੁੰਦੀ ਹੈ, ਦੁਸ਼ਮਣ ਨੂੰ ਘਰ ਦੇ ਨੇੜੇ ਨਹੀਂ ਆਉਣ ਦੇਈਦਾ, ਦੂਰੋਂ ਹੀ ਥਕਾ ਦੇਈਦਾ ਹੁੰਦਾ। ਮਹਾਰਾਜ ਨੇ ਅੱਗੋਂ ਦੀ ਜਾ ਕੇ ਮੋਰਚਾ ਲਾਇਆ, ਜਿਹੜੇ ਸਿੱਖ 100 ਅੱਗੇ ਗਏ ਹੋਏ ਸੀ ਉਹ ਮੋਰਚਿਆਂ 'ਚ ਬੈਠੇ ਸੀ ਉੱਚੀਆਂ ਥਾਵਾਂ 'ਤੇ। ਜਦੋਂ ਉਹਨਾਂ ਵੇਖਿਆ ਫੌਜ ਸਾਡੀ ਮਾਰ ਥੱਲੇ ਆ ਗਈ ਦੁਸ਼ਮਣ ਦੀ, ਉਹਨਾਂ ਨੇ ਗੋਲੀਆਂ ਦੇ ਫਾਇਰ ਖੋਲ ਦਿੱਤੇ। ਜਿਉਂ ਆਪ ਉੱਥੇ ਬਾਗ ਉਠਾਏ, ਜਿਵੇਂ ਘੋੜਿਆਂ ਦੀਆਂ ਬਾਗਾਂ ਉਠਾਉਂਦੇ ਵਾਹਦਾਈ ਤੁਰੇ ਆਉਂਦੇ ਸੀ ਤੁਰਕ, ਤਿਆਰ ਤੁਫੰਗਨ ਛਲਕ ਚਲਾਏ, ਸਿੱਖਾਂ ਨੇ ਬੰਦੂਕਾਂ ਪਹਿਲਾਂ ਤਿਆਰ ਕਰਕੇ ਰੱਖੀਆਂ ਹੋਈਆਂ ਸੀ। ਜਦੋਂ ਦੁਸ਼ਮਣ ਐਨ ਮਾਰ ਥੱਲੇ ਆਇਆ ਉਦੋਂ ਤੋੜੇ ਤੁਖਾ ਦਿੱਤੇ। ਕੜਾ ਕਾੜ ਜਬ ਇਕੱਠੀ ਛੋਰੀ, ਜਦੋਂ 100 ਬੰਦੂਕਾਂ ਇਕੱਠੀਆਂ ਚੱਲੀਆਂ ਕਾੜ ਕਾੜ ਕਰਦੀਆਂ ਹੋਈਆਂ, ਗਿਰੇ ਕਿਤੇ ਗਰੇ ਪਰ ਲਾਗੇ ਤੇ ਗੌਰੀ, ਕਿਸੇ ਦੀ ਛਾਤੀ, ਕਿਸੇ ਦੇ ਮੱਥੇ, ਕਿਸੇ ਦੇ ਮੋਢੇ, ਕਿਸੇ ਦੇ ਘੋੜੇ ਨੂੰ ਲੱਗੀ, ਦੜ ਦੜ ਕਰਦੇ ਥੱਲੇ ਡਿੱਗੇ ਹਨ। ਆਵਤ ਲਸ਼ਕਰ ਕੋ ਮੁਖ ਤੋਰਾ, ਆਉਂਦੇ ਲਲਾ ਬੇਗ ਦੀ ਫੌਜ ਦਾ ਮੂੰਹ ਭੰਨ ਦਿੱਤਾ, ਉਹਨਾਂ ਦੇ ਆਉਂਦੇ 100-200 ਬੰਦੇ ਲੰਮੇ ਪਾ ਦਿੱਤੇ। ਦਿਖਤ ਨਾ ਜਾਮਨ ਕੋ ਤਮ ਘੋਰਾ, ਰਾਤ ਬਹੁਤ ਜ਼ਿਆਦਾ ਸੀ, ਘੋਰ ਹਨੇਰਾ ਸੀਗਾ, ਹੱਥ ਨਾਲ ਹੱਥ ਨਹੀਂ ਸੀ ਦਿਸਦਾ, ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਕਿੰਨੇ ਕੁ ਸਿੱਖ ਅੱਗੇ ਸਾਡੇ ਮੁਕਾਬਲੇ ਤੇ ਕਿੰਨੇ ਕੁ ਹਨ ਜਾਂ ਕੀ ਹੋਵੇਗਾ, ਅਤੇ ਠੰਡ ਨਾਲ ਵੀ ਮਰੇ ਪਏ, ਭੁੱਖ ਨਾਲ ਵੀ ਮਰੇ ਪਏ, ਅਤੇ ਥੱਕੇ ਵੀ ਬਹੁਤ ਜ਼ਿਆਦਾ। 40 ਘੰਟੇ ਸਫ਼ਰ ਕੀਤਾ, ਥੋੜ੍ਹਾ ਥੋੜ੍ਹਾ ਹੁੰਦਾ, ਲਗਾਤਾਰ ਹੀ ਵਾਹਦਾ ਹੀ ਤੁਰੇ ਆਏ। ਜਦੋਂ ਅੱਗੋਂ ਦੀ ਗੋਲੀਆਂ ਪਈਆਂ ਅਤੇ ਸਿੱਖਾਂ ਨੇ ਬੁਥਾੜ ਭੰਨੇ, ਉਦੋਂ ਨਾਨੀ ਯਾਦ ਆ ਗਈ, ਇਹ ਕੀ ਬਣ ਗਿਆ ਸਾਡੇ ਨਾਲ। ਹਾਂਜੀ, ਲਲਾ ਬੇਗ ਜਾਣਿਓ ਗੁਰ ਇਹਾਂ, ਲਲਾ ਬੇਗ ਨੇ ਸਮਝਿਆ ਵੀ ਇੱਥੇ ਹੀ ਬੈਠਾ ਗੁਰੂ, ਇੱਥੇ ਉਹ ਮੁਕਾਬਲਾ ਕਰੇਗਾ, ਹੁਣ ਇੱਥੇ ਲੜਾਈ ਹੋਵੇਗੀ ਸਾਡੀ ਉਹਦੇ ਨਾਲ। ਝਾੜ ਮਤਾਬੀ ਜਾਰੇ ਮਹਾ, ਕਹਿੰਦੇ ਉਸੇ ਵੇਲੇ ਲਲਾ ਬੇਗ ਨੇ ਝਾੜ ਮਤਾਬੀਆਂ ਬਾਲ ਲਈਆਂ। ਪੁਰਾਣੇ ਜ਼ਮਾਨੇ 'ਚ ਲਾਈਟ ਵਾਸਤੇ ਸਿਸਟਮ ਹੁੰਦਾ ਸੀ, ਰਾਤ ਨੂੰ ਮਤਾਬੀਆਂ ਹੁੰਦੀਆਂ ਸੀ ਜਿਨ੍ਹਾਂ ਦੀ ਰੋਸ਼ਨੀ ਚੰਦਰਮਾ ਦੀ ਚਾਂਦਨੀ ਵਰਗੀ ਹੁੰਦੀ ਹੈ, ਚਿੱਟੀ ਰੋਸ਼ਨੀ, ਉਹਨੂੰ ਮਤਾਬੀ ਕਹਿੰਦੇ। ਝਾੜ ਹੁੰਦੇ ਆ, ਫਨੂਸ ਹੁੰਦੇ ਆ, ਅਤੇ ਇਸੇ ਤਰ੍ਹਾਂ ਮਸਾਲਾ ਹੁੰਦੀਆਂ ਬਾਲੀਆਂ ਹੁੰਦੀਆਂ ਤੇਲ ਦੇ ਨਾਲ, ਉਹ ਬਾਲ ਬਾਲ ਕੇ ਰੋਸ਼ਨੀ ਕੀਤੀ, ਪਤਾ ਲੱਗੇ ਵੀ ਗੁਰੂ ਦੀ ਫੌਜ ਕਿੱਥੇ ਕੁ ਹੈ, ਕਿੰਨੀ ਕੁ ਹੈ,
ਅਤੇ ਅਸੀਂ ਕਿੱਧਰ ਵਾਰ ਕਰਨਾ ਕਿੱਧਰ ਨਹੀਂ ਕਰਨਾ, ਆਪਣੇ ਬੰਦੇ ਨਾਲ ਮਾਰ ਬੈਠੀਏ ਕਿਤੇ ਲੜਾਈ 'ਚ। ਉਸ ਕਰਕੇ ਇਹਨਾਂ ਨੇ ਰੋਸ਼ਨੀ ਦਾ ਬੰਦੋਬਸਤ ਕੀਤਾ ਹੈ। ਅਨਕ ਮਸਾਲ ਜਲਾਵਨ ਕੀਨੇ, ਬੜੀਆਂ ਮਸਾਲਾਂ ਬਾਲ ਲਈਆਂ ਹਨ। ਭਇਓ ਪ੍ਰਕਾਸ਼ ਦਿਸ਼ਣ ਤਾ ਮਹੀਨੇ, ਸਾਰੇ ਪਾਸੇ ਮਸਾਲਾਂ ਬਾਲ ਕੇ ਤੇ ਮਤਾਬੀਆਂ ਤੇ ਝਾੜ ਫਨੂਸ ਬਾਲ ਕੇ ਰੋਸ਼ਨੀ ਕੀਤੀ। ਦਿਸ਼ਾ ਚਾਰੇ ਦਿਸਣ ਲੱਗ ਪਿਆ ਵੀ ਇੱਧਰ ਪਿੰਡ ਨੇ, ਇੱਧਰ ਜੰਗਲ ਹੈ, ਇੱਧਰ ਖੇਤ ਨੇ, ਇੱਧਰ ਦੁਸ਼ਮਣ ਹੈ, ਘੋੜੇ ਕਿੱਧਰ ਜਾਣਗੇ ਭੱਜ ਕੇ। ਉਹ ਸਾਰਾ ਉਹਨਾਂ ਨੇ ਆਪਣੇ ਵੱਲੋਂ ਅੰਦਾਜ਼ਾ ਲਾਇਆ। ਇਮ ਕਹਿ ਸਤਿਗੁਰ ਜੋਤ ਚੜ੍ਹਾਇਓ, ਇੱਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਵੀ ਅੱਗੇ ਗੋਲੀ ਚੱਲ ਗਈ ਹੈ। ਸਿੱਖਾਂ ਨੇ ਇਸ਼ਾਰਾ ਦੇ ਤਾ, ਉਹ 100 ਸਿੱਖ ਸੀਗੇ ਅੱਗੇ, 5-7 ਕਿਲੋਮੀਟਰ ਅੱਗੇ ਆਏ ਹੋਏ ਸੀ। ਉਹਨਾਂ ਨੇ ਜਦੋਂ ਗੋਲੀ ਚਲਾਈ, ਗੁਰੂ ਸਾਹਿਬ ਕੋਲ ਆਵਾਜ਼ ਪਹੁੰਚ ਗਈ, ਰਾਤ ਦਾ ਟਾਈਮ ਸੀਗਾ। ਸਤਿਗੁਰੂ ਜੀ ਨੇ ਭਾਈ ਜੋਧ ਰਾਏ ਨੂੰ ਕਿਹਾ ਵੀ ਹੁਣ ਤੁਸੀਂ ਅੱਗੇ ਹੋਵੋ, ਸੰਗੀ ਜਾਤੀ ਮਲਕ ਮਿਲਾਇਓ। ਤੇ ਗੁਰੂ ਘਰ ਦੇ ਕੁਲ ਪੁਰੋਹਿਤ ਪੰਡਿਤ ਜੀ ਬ੍ਰਾਹਮਣ ਸਨ ਜਾਤ ਦੇ, ਭਾਈ ਜਾਤੀ ਮਲਕ ਜੀ ਇਹ ਸੋਢੀ ਵੰਸ਼ ਦੇ ਸਤਿਗੁਰੂ ਰਾਮਦਾਸ ਜੀ ਦੇ ਕੁਲ ਦੇ ਪੁਰੋਹਿਤ ਹੋਏ ਹਨ। ਗੁਰੂ ਘਰ ਦੀ ਫੌਜ ਦੇ ਸ਼੍ਰੋਮਣੀ ਜਰਨੈਲ ਜਾਤੀ ਮਲਕ ਜੀ, ਇਹਨਾਂ ਦੇ ਪੁੱਤਰ ਦਇਆ ਰਾਮ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪੁਰੋਹਿਤ ਹੋਏ ਹਨ। ਭੰਗਾਣੀ ਦੇ ਜੰਗ ਵਿੱਚ ਉਹਨਾਂ ਨੇ ਯੁੱਧ ਕੀਤਾ। ਸਤਿਗੁਰੂ ਜੀ ਨੇ ਆਪਣੀ ਕਲਮ ਦੇ ਨਾਲ ਲਿਖਿਆ ਕਿ ਕੀ ਉਹ ਦਰੋਣ ਕੀ ਜਿਉਂ ਮਹਾਂਯੁੱਧ ਸੁਧੰ, ਜਿਵੇਂ ਦਰੋਣਾਚਾਰਿਆ ਵੀ ਬ੍ਰਾਹਮਣ ਸੀਗਾ, ਉਹਨੇ ਮਹਾਂਭਾਰਤ ਯੁੱਧ ਕੀਤਾ ਸੀ। ਮਹਾਰਾਜ ਕਹਿੰਦੇ ਪੰਡਿਤ ਦਇਆ ਰਾਮ ਜੀ ਨੇ ਵੀ ਭੰਗਾਣੀ ਦੇ ਜੰਗ 'ਚ ਉਸੇ ਤਰ੍ਹਾਂ ਹੀ ਯੁੱਧ ਕੀਤਾ। ਸਤਿਗੁਰੂ ਜੀ ਨੇ ਆਪਣੀ ਕਲਮ ਦੇ ਨਾਲ ਇਹ ਬਚਨ ਬਚਿੱਤਰ ਨਾਟਕ ਵਿੱਚ ਲਿਖੇ ਹਨ। ਸੋ ਰਹੋ ਵਿਚਾਰ, ਜਾਤੀ ਮਲਕ ਗੁਰੂ ਦੀ ਫੌਜ ਦਾ ਸ਼੍ਰੋਮਣੀ ਯੋਧਾ ਸੀਗਾ, ਸਤਿਗੁਰੂ ਜੀ ਨੇ ਜੋਧ ਰਾਏ ਦੇ ਨਾਲ ਉਸਨੂੰ ਤੋੜ ਦਿੱਤਾ। ਪਰੇ ਹੱਥ ਇਮ ਰਿਪ ਮਤ ਮੋਟੇ, ਮਹਾਰਾਜ ਕਹਿੰਦੇ ਜੋ ਜਾਤੀ ਮਲਕ ਜੀ ਔਰ ਜੋਧ ਰਾਏ ਜੀ ਦੁਸ਼ਮਣ ਮੋਟੀ ਮਤ ਵਾਲਾ ਜਾਪਦਾ, ਅਕਲ ਮੌਤ ਕੋਈ ਨਹੀਂ, ਇਹਨਾਂ ਨੂੰ ਪਤਾ ਕੋਈ ਨਹੀਂ, ਆ ਗਏ ਸਾਡੇ ਕਾਬੂ ਹੁਣ ਤੇ ਆਪਾਂ ਹੁਣ ਇਹਨਾਂ ਨੂੰ ਚਣੇ ਚਬਾ ਦਈਏ। ਜਿਮ ਪ੍ਰਾਪਤ ਮੈਦਾਨ ਸੋਟੇ, ਇਹ ਜਿਵੇਂ ਸਾਨੂੰ ਮਿਲ ਗਏ ਨਾ ਮੈਦਾਨ ਚ, ਘੇਰ ਘੇਰ ਕੇ ਮਾਰੀਏ ਹੁਣ ਇਹਨਾਂ ਨੂੰ। ਛੁਦਤ ਸ਼ਰਮਤ ਪਹੁ ਨੀਤ ਦਬਾਏ, ਇੱਕਦਮ ਇਹ 3-4 ਦਿਨ ਦੇ ਥੁੱਕੇ ਟੁੱਟੇ ਹਨ, ਭੁੱਖ ਪਿਆਸ ਦੇ ਨਾਲ ਮਰੇ ਪਏ ਹਨ। ਪਾਰਾ ਪਰੇ ਠਰੇ ਕਰ ਪਾਏ, ਹੱਥ ਇਹਨਾਂ ਦੇ ਠਰੇ ਪਏ ਨੇ, ਹੱਥ ਚੱਲ ਖੁੱਲਦੇ ਨਹੀਂ, ਠੰਡ ਦੇ ਨਾਲ ਸੁੰਨ ਹੋਏ ਪਏ ਨੇ, ਪਾਲਾ ਬਹੁਤ ਪਿਆ ਹੈ। ਜਾਹੋ ਬਾਜ ਸਮ ਬੇਗ ਬਟੇਰੇ, ਭਾਈ ਜੋਧ ਰਾਏ ਭਾਈ ਜਾਤੀ ਮਲਕ ਜੀ ਤੁਸੀਂ ਦੋਵੇਂ ਬਾਜ ਦੀ ਤਰ੍ਹਾਂ ਜਾਓ ਹੁਣ, ਅੱਗੇ ਸਭ ਜੋ ਬਟੇਰੇ ਹੀ ਨੇ, ਤੇ ਜਿਵੇਂ ਬਾਜ ਬਟੇਰਿਆਂ ਨੂੰ ਪੈਂਦਾ ਪੈ ਜਾਓ ਲਲਾ ਬੇਗ ਦੀ ਫੌਜ ਨੂੰ। ਅਤਹ ਤੁਰਕ ਜਨ ਲਵੇ ਬਟੇਰੇ, ਇਹ ਤੁਰਕ ਦਾ ਲਵੇ ਬਟੇਰੇ ਨੇ ਤੁਹਾਡੇ ਸਾਹਮਣੇ। ਸਤਿਗੁਰੂ ਦੀਨੀ ਵਿਜੈ ਸੁਖੇਨ, ਮਹਾਰਾਜ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੌਖੀ ਫਤਿਹ ਦੇ ਦਿੱਤੀ ਹੈ, ਜਿੱਤ ਦੇ ਦਿੱਤੀ ਹੈ। ਵਿਆਕੁਲ ਜੇਨ ਕੇਨ ਅਰ ਸੈਨ, ਔਰ ਉਹਨਾਂ ਦੀ ਫੌਜ ਸਾਰੀ ਵਿਆਕੁਲ ਹੈ, ਵੱਡੇ ਛੋਟੇ ਸਾਰੇ ਹੀ ਥੱਕੇ ਹੋਏ ਨੇ, ਭੁੱਖੇ ਪਿਆਸੇ ਨੇ, ਠੰਡ ਦੇ ਨਾਲ ਠਰੇ ਹੋਏ ਨੇ। ਬ੍ਰਿੰਦ ਮਸਾਲਾ ਜੋਧ ਅਗਾਰੀ, ਮਹਾਰਾਜ ਦਾ ਹੁਕਮ ਪਾ ਕੇ ਭਾਈ ਜੋਧ ਰਾਏ ਜੀ ਘੋੜੇ ਤੇ ਸਵਾਰ ਹੋਏ। ਇਹ ਦੀਨੇ ਕਾਂਗੜ ਦੇ ਰਾਜੇ ਸੀ, ਇਹਨਾਂ ਦਾ ਵੱਡਾ ਮਿੱਠਾ ਮਹਿਰ ਹੋਇਆ, ਅਕਬਰ ਬਾਦਸ਼ਾਹ ਦੇ ਨਾਲ ਉਹਨੇ ਜੰਗ ਲੜ ਲਿਆ ਸੀ। ਕਹਿੰਦੇ ਇਹ ਉਸ ਪਰਿਵਾਰ ਦੇ ਵਿੱਚੋਂ ਉਹਦਾ ਇਹ ਪੜਪੋਤਰਾ ਸੀ ਜੋਧ ਰਾਏ, ਅੱਗੋਂ ਇਹਦੇ ਅੰਸ਼ ਬੰਸ਼ ਵਿੱਚੋਂ ਚੌਧਰੀ ਸਮੀਰ ਲਖਮੀਰ ਤਖਤਮਲ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰ ਰੱਖਿਆ ਸੀਗਾ। ਜਦੋਂ ਸੂਬੇ ਨੇ ਚੌਧਰੀ ਸਮੀਰ ਨੂੰ ਜੋਧ ਰਾਏ ਦੇ ਪੋਤੇ ਨੂੰ ਚਿੱਠੀ ਲਿਖੀ
ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਠਹਿਰਿਆ, ਮੈਨੂੰ ਮੇਰੇ ਹਵਾਲੇ ਕਰ ਦੇ ਅਤੇ ਮੇਰੇ ਤੋਂ ਜਿੰਨੇ ਮਰਜ਼ੀ ਇਨਾਮ ਅਤੇ ਜਗੀਰਾਂ ਲੈ ਲਵੀਂ। ਅਤੇ ਚੌਧਰੀ ਸਮੀਰ ਨੇ ਸੂਬੇ ਨੂੰ ਆਖਿਆ ਸੀ ਵੀ ਤੂੰ ਆਪਣੇ ਪੀਰ ਮੇਰੇ ਹਵਾਲੇ ਕਰ ਸਕਦਾ, ਜੇ ਤੂੰ ਆਪਣੇ ਪੀਰ ਮੇਰੇ ਹਵਾਲੇ ਨਹੀਂ ਕਰ ਸਕਦਾ ਤਾਂ ਮੈਂ ਆਪਣੇ ਪੀਰ ਨੂੰ ਤੇਰੇ ਹਵਾਲੇ ਕਿਵੇਂ ਕਰ ਸਕਦਾ। ਚੜ੍ਹ ਕੇ ਆ ਜਾ, ਜੰਗ ਕਰ ਮੇਰੇ ਨਾਲ, ਜੇ ਤੇਰੀ ਜ਼ੁਰਤ ਹੈ ਗੁਰੂ ਸਾਹਿਬ ਨੂੰ ਫੜ ਕੇ ਲਿਜਾਣ ਦੀ ਤਾਂ ਵੇਖ ਲਾ, ਬਾਕੀ ਗੁਰੂ ਮੇਰੇ ਸਿਰ ਨਾਲ। ਇਹੋ ਜਿਹੇ ਸਿਦਕੀ ਹੋਏ ਨੇ ਇਹ ਪਰਿਵਾਰ, ਦੀਨਾ ਕਾਂਗੜ ਪਿੰਡ ਹੈ ਮਾਲ ਵਿੱਚ, ਉੱਥੋਂ ਦੇ ਸਨ। ਜੋਧ ਰਾਏ ਨੂੰ ਗੁਰੂ ਸਾਹਿਬ ਨੇ ਥਾਪੀ ਦਿੱਤੀ, ਜਾਤੀ ਮਲਕ ਨੂੰ ਥਾਪੀ ਦਿੱਤੀ, ਇਹ ਦੋਵੇਂ ਸੂਰਮੇ ਆਪਣਾ ਦਲ ਲੈ ਕੇ ਚੱਲੇ ਨੇ। ਬ੍ਰਿੰਦ ਮਸਾਲਾ ਜੋਧ ਅਗਾਰੀ, ਕਹਿੰਦੇ ਜੋਧ ਨੇ ਆਪਣੇ ਅੱਗੇ ਮਸਾਲਾ ਬੜਾ ਬਾਲ ਕੇ ਰੋਸ਼ਨੀ ਕੀਤੀ, ਰਾਹ ਵੇਖਿਆ ਹੈ। ਗੁਰ ਕੋ ਹੁਕਮ ਪਾਏ ਕਰ ਜਾਰੀ, ਮਹਾਰਾਜ ਦਾ ਹੁਕਮ ਹੁੰਦਿਆਂ ਸਾਰ ਮਸਾਲਾ ਬਾਲ ਲਈਆਂ ਸਿੱਖਾਂ ਨੇ। ਗੁਰ ਨਗਾਰ ਜੀ ਕੋ ਕਹਿ ਨਾਮਾ, ਮਹਾਰਾਜ ਦਸਵੇਂ ਪਾਤਸ਼ਾਹ ਦੀ ਇੱਕ ਪੰਕਤੀ ਨੂੰ ਇੱਥੇ ਕਵੀ ਜੀ ਕੋਟ ਕਰ ਰਹੇ ਨੇ। ਦਸਮ ਗ੍ਰੰਥ ਸਾਹਿਬ ਦੇ ਵਿੱਚ ਇਹ ਪੰਕਤੀ ਆਉਂਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਨੇ ਨਗਾਰਚੀ ਨੂੰ ਨਾਂ ਲੈ ਕੇ ਬੁਲਾਇਆ। ਦੈਰੇ ਦੈਰੇ ਦੀਹ ਦਮਾਮਾ, ਇਹ ਪੰਕਤੀ ਦਸਮ ਗ੍ਰੰਥ ਸਾਹਿਬ ਦੀ ਹੈ। ਕਲਗੀਧਰ ਪਾਤਸ਼ਾਹ ਨੇ ਛੰਦ ਲਿਖਿਆ, ਦੈਰੇ ਦੈਰੇ ਦੀਹ ਦਮਾਮਾ, ਕਰਹੋ ਰੁੰਡ ਮੁੰਡ ਬਸੁਦਾ ਪਰ ਬਰੋਂ ਸਵਰਗ ਕੀ ਬਾਮਾ, ਮੈਂ ਹੀ ਭਇਓ ਜਗਤ ਕਾ ਕਰਤਾ ਮੌਸਮ ਔਰ ਨਾ ਕੋਈ। ਇਹੋ ਜਿਹੇ ਸੂਰਮੇ ਜਦੋਂ ਜੰਗ ਨੂੰ ਚੜ੍ਹਦੇ ਆ, ਨਗਾਰੇ ਵੱਜਦੇ ਆ, ਡੌਲੇ ਫਰਕਦੇ ਆ, ਮੁਛਹਿਰੇ ਉਤਾ ਦੇ ਕੇ ਅੱਖਾਂ ਲਾਲ ਕਰਕੇ ਸੂਰਮੇ ਜੰਗ ਨੂੰ ਜਾਂਦੇ ਆ, ਇੱਦਾਂ ਭਾਈ ਜੋਧ ਰਾਏ ਜੀ ਨਗਾਰੇ ਵੱਜੇ ਜਦੋਂ ਗੁਰੂ ਸਾਹਿਬ ਦੇ, ਅਤੇ ਸੂਰਮਿਆਂ ਨੂੰ ਚਾਹ ਚੜ੍ਹ ਗਿਆ ਜੰਗ ਦਾ ਗਗਨ ਦਮਾਮਾ, ਵੱਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਇਮ ਤੂਫਾਂ ਯਾਰ ਚਲਹਿ ਕਿਰਪਾਨਾ, ਔਰ ਸਾਧ ਸੰਗਤ ਜੀ ਗੋਲੀਆਂ ਕਾੜ ਕਾੜ ਕਰਦੀਆਂ ਦੁਸ਼ਮਣ ਵੱਲ ਚਲਾ ਦਿੱਤੀਆਂ, ਤੇ ਤੇਗਾਂ ਮਿਆਨ ਚੋਂ ਧੂ ਲਈਆਂ ਸੂਰਮਿਆਂ ਨੇ। ਸਰੋਵਰ ਅਵਨੀ ਬਹਿ ਮਹਾਨਾ, ਔਰ ਲਹੂ ਦੇ ਪ੍ਰਣਾਲੇ ਧਰਤੀ ਤੇ ਵਗਣ ਲੱਗ ਪਏ ਨੇ। ਦੋਹਰ ਚੋਬ ਧੌਂਸਾ ਤੁੰਘਾਰੇ, ਧੌਂਸੇ ਦੇ ਦੋਹਰੀਆਂ ਚੋਬਾਂ ਲੱਗੀਆਂ ਨਗਾਰੇ ਦੇ ਉੱਤੇ। ਵਧਿਓ ਵੀਰ ਰਸ ਭੱਟ ਲਲਕਾਰੇ, ਜਦੋਂ ਨਗਾਰੇ ਤੇ ਚੋਬਾਂ ਵੱਜੀਆਂ, ਸੂਰਮਿਆਂ ਦੇ ਡੌਲੇ ਫਰਕੇ, ਨੇਤਰਾਂ 'ਚ ਲਾਲੀ ਆ ਗਈ, ਮਾਨੋ ਵੀਰ ਰਸ ਦਾ ਰੂਪ ਧਾਰਨ ਕਰਕੇ ਸੂਰਮੇ ਲਲਕਾਰਦੇ ਹੈ, ਜਕਾਰੇ ਬੁਲਾਉਂਦੇ ਹਨ। ਜਕਾਰੇ ਜਾਵੇ ਨਿਹਾਲ ਹੋ ਜਾਵੇ, ਸਤਿ ਸ਼੍ਰੀ ਅਕਾਲ, ਚੜਿਓ ਜੋਧ ਚੱਲ ਆ ਕੇ ਗਇਓ। ਕਹਿੰਦੇ ਜੋਧ ਰਾਏ ਸਭ ਤੋਂ ਅੱਗੇ ਸੂਰਮਾ ਗੁਰੂ ਮਹਾਰਾਜ ਦਾ ਗਿਆ ਹੈ। ਦੋ ਦਿਸ਼ ਮਾਰੂ ਬਾਜਦ ਭਇਓ, ਉਧਰੋਂ ਲਲਾ ਬੇਗ ਦੀਆਂ ਫੌਜਾਂ ਵੀ ਨਗਾਰੇ ਵਜਾ ਰਹੀਆਂ ਨੇ, ਉਹ ਵੀ ਬੜੇ ਬੜੇ ਸੂਰਮੇ ਹਨ, ਜੰਗ ਦੇ ਮੈਦਾਨ ਵਿੱਚ ਡਟ ਗਏ ਹਨ। ਜੰਗ ਪ੍ਰਿਆਤ ਛੰਦ ਦਮਾਮੇ ਵਜੇ, ਬਨਿੰਦ ਭੇਰੀ ਪੁੰਕਾਰੇ, ਬਹੁਤ ਸਾਰੇ ਨਗਾਰੇ, ਬਹੁਤ ਸਾਰੀਆਂ ਭੇਰੀਆਂ ਸ਼ਹਿਨਾਈਆਂ ਰਣ ਸਿੰਘੇ ਤੁਰ ਰਹੀਆਂ, ਡਫ ਪਟੇ ਪਣਵ ਵੱਜ ਰਹੇ ਨੇ ਜੰਗ ਦੇ ਮੈਦਾਨ ਵਿੱਚ। ਫੰਗਾ ਨੇ ਗੋਰੀ ਕਸੇ ਫੇਰ ਮਾਰੇ, ਸੂਰਮੇ ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਕਸ ਕਸ ਮਾਰਦੇ ਨੇ। ਕਰੇ ਤੇਜ ਘੋੜੇ ਅਗਾਰੀ ਧਵਾਏ, ਘੋੜੇ ਤੇਜ ਕਰਕੇ ਦੜਾਉਂਦੇ ਨੇ, ਬਿਜਲੀ ਤਰ੍ਹਾਂ ਜਾਂਦੇ ਨੇ ਘੋੜੇ। ਕਿਨੂੰ ਤੀਰ ਮਾਰੇ ਸੋ ਨਿਜ਼ੇ ਭਰਮਾਏ, ਕਿਸੇ ਨੂੰ ਤੀਰਾਂ ਨਾਲ ਮਾਰਦੇ ਨੇ, ਕਿਸੇ ਨੂੰ ਘੋੜਾ ਭਜਾ ਕੇ ਆਉਂਦੇ ਨੇ, ਨੇਜੇ ਦੇ ਨਾਲ ਪਰੋ ਕੇ ਲੈ ਜਾਂਦੇ ਨੇ। ਭਏ ਨੇ ਸ਼ਤਰੂ ਤੱਕੇ ਤਾਹੇ ਮਾਰੇ, ਕਹਿੰਦੇ ਜਿਹੜਾ ਦੁਸ਼ਮਣ ਨੇੜੇ ਆਉਂਦਾ ਤੱਕ ਕੇ ਮਾਰਦੇ ਨੇ ਨਿਸ਼ਾਨਾ। ਲਗਾ ਅੰਗ ਜਾ ਕੇ ਗਿਰੇ ਨਾ ਸੰਭਾਰੇ, ਜਿਹਨੂੰ ਬਰਛੀ ਤੀਰ ਗੋਲੀ ਵੱਜਦੀ ਹੈ ਉਹਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ ਤੇ ਉਹ ਪਾਰ ਬੋਲਦਾ ਹੈ। ਭਇਓ ਭੇੜ ਭਾਰੋ ਨਿਰਭੈ ਵੀਰ ਬਾਂਕੇ, ਵੀਰ ਬਾਂਕੇ ਜੋਧੇ ਸੂਰਮੇ ਬੜੇ ਬੜੇ
ਉਸ ਮੈਦਾਨ ਜੰਗ ਵਿੱਚ ਜੁੱਟ ਗਏ, ਉਹਨਾਂ ਦਾ ਆਪਸ ਵਿੱਚ ਭੇੜਾ ਹੋ ਗਿਆ, ਮੁਕਾਬਲਾ ਹੋ ਗਿਆ। ਸਹਾਈ ਗੁਰੂ ਜਾਨ ਦੌਰੇ ਚਲਾ ਕੇ ਭਾਈ ਜੋਧ ਰਾਏ ਜਾਤੀ ਮਲਕ ਆਪਣੇ ਸਿਰ ਤੇ ਸਤਿਗੁਰੂ ਜੀ ਨੂੰ ਜਾਣ ਕੇ ਸਿਰ ਉੱਪਰ ਠਾਢਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਐਸੀ ਭਾਵਨਾ ਦੇ ਨਾਲ ਸੂਰਮੇ ਜਾ ਗੱਜੇ ਹਨ। ਉਡੀ ਧੂਲ ਗੈਨ ਦੁਰੇ ਬ੍ਰਿੰਦ ਤਾਰੇ ਕਹਿੰਦੇ ਘੋੜਿਆਂ ਦੇ ਖੁਰਾਂ ਨਾਲ, ਕਿਉਂਕਿ 35,000 ਘੋੜਾ ਤਾਂ ਲਲਾ ਬੇਗ ਕੋਲ ਸੀਗਾ ਤੇ ਇੱਧਰ 4,000 ਸਿੱਖਾਂ ਕੋਲ ਵੀ ਸੀ। ਜਦੋਂ ਘੋੜਿਆਂ ਦੇ ਖੁਰ ਧਰਤੀ ਤੇ ਵੱਜਦੇ ਨੇ ਪੌੜ, ਉਹਦੇ ਨਾਲ ਧੂੜ ਉੱਡਦੀ ਹੈ ਤੇ ਅਸਮਾਨ ਨੂੰ ਚੜ ਜਾਂਦੀ ਹੈ। ਅਸਮਾਨ 'ਚ ਤਾਰੇ ਸੀਗੇ, ਰਾਤ ਦਾ ਟਾਈਮ ਸੀ, ਪਰ ਹੁਣ ਦਿਸਣੋਂ ਹਟ ਗਏ। ਦਸਵੇਂ ਪਾਤਸ਼ਾਹ ਨੇ ਇੱਕ ਬਚਨ ਲਿਖਿਆ ਕਿ ਧੂੜ ਉਤਾਹਾਂ ਕਾਲੀ ਛੜੀ ਤੁਰੰਗਮਾ, ਚੰਡੀ ਦੀ ਬਾਣ, ਧੂੜ ਉਤਾਹਾਂ ਕਾਲੀ, ਕਾਲੀ ਮੈਨੇ ਘੱਲ ਦਿੱਤੀ, ਧੂੜ ਉਤਾਂ ਨੂੰ ਘੱਲ ਦਿੱਤੀ ਘੋੜਿਆਂ ਦੇ ਪੌੜਾਂ ਦੇ ਨਾਲ। ਅਤੇ ਇੱਕ ਜਗ੍ਹਾ 'ਤੇ ਦਸਵੇਂ ਪਾਤਸ਼ਾਹ ਕਹਿੰਦੇ ਧਰਾ ਖੱਟ 8 ਆਕਾਸ਼ ਬਣਾਏ, ਧਰਤੀਆਂ 6 ਰਹਿ ਗਈਆਂ, ਆਕਾਸ਼ 8 ਹੋ ਗਏ। ਮੁਸਲਮਾਨਾਂ ਦੀਆਂ ਕਿਤਾਬਾਂ 'ਚ ਲਿਖਿਆ ਨਾ ਵੀ 7 ਥੱਲੇ ਨੇ 7 ਉੱਤੇ ਨੇ, ਉਹ ਕਹਿੰਦੇ 6 ਥੱਲੇ ਰਹਿ ਗਏ, 8 ਉੱਤੇ ਹੋ ਗਏ। ਕਿਵੇਂ? ਆਹ ਧਰਤੀ ਦੇ ਘੋੜਿਆਂ ਦੇ ਪੈਰਾਂ ਨਾਲ ਉੱਡ ਕੇ ਉੱਪਰ ਨੂੰ ਚੱਲੀ ਹੈ। ਮਸਾਲਾਂ ਕਰੀ ਮੰਦ ਫੇ ਅੰਧਕਾਰੇ ਕਹਿੰਦੇ ਮਸਾਲਾਂ ਜਿਹੜੀਆਂ ਬਾਲੀਆਂ ਸੀ ਨਾ, ਉਹਨਾਂ ਦੀ ਰੋਸ਼ਨੀ ਮੱਧਮ ਪੈ ਗਈ, ਹਨੇਰਾ ਜ਼ਿਆਦਾ ਹੋ ਗਿਆ। ਕਿਉਂ? ਹਨੇਰਾ ਧੂੰਏ ਨਾਲ ਵੀ ਹੁੰਦਾ, ਜਦੋਂ ਗੋਲੀਆਂ ਚੱਲਦੀਆਂ ਧੂੰਆਂ ਵੀ ਬੰਦੂਕਾਂ 'ਚੋਂ ਬਹੁਤ ਨਿਕਲਦਾ। ਅਤੇ ਘੋੜਿਆਂ ਦੇ ਪੌੜਾਂ ਨਾਲ ਧਰਤੀ ਉੱਡ ਉੱਡ ਅਸਮਾਨ ਨੂੰ ਚੜ੍ਹਦੀ ਹੈ, ਗਰਦ ਗੁਬਾਰ ਕੋਈ ਦਿਸਦਾ ਨਹੀਂ, ਹੱਥ ਨਾਲ ਹੱਥ ਨਹੀਂ ਦਿਸਦਾ। ਪਲੀਤੇ ਤੁਖੇ ਪੁੰਜ ਤੋੜੇ ਲਗਾਏ ਪੁਰਾਣੇ ਜ਼ਮਾਨੇ 'ਚ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ, ਉਹਨਾਂ ਨੂੰ ਪਲੀਤਾ ਤੁਖਾ ਕੇ ਲਾਉਣਾ ਪੈਂਦਾ ਸੀ, ਫਿਰ ਗੋਲੀ ਚੱਲਦੀ ਸੀ। ਜਦੋਂ ਪਲੀਤੇ ਤੁਖੇ ਨੇ ਤੇ ਇੰਜ ਲੱਗਦਾ ਹੈ ਮਨੋ ਰੈਣ ਭਾਦੋਖ ਦਿਓ ਤੰਗ ਦਿਖਾਏ, ਜਿਵੇਂ ਭਾਦਰੋਂ ਦੀ ਰਾਤ ਹੋਵੇ, ਭਾਦੋਂ ਦਾ ਮਹੀਨਾ ਹੋਵੇ, ਰਾਤ ਦਾ ਟਾਈਮ ਹੋਵੇ ਤੇ ਆਪਣੇ ਪੰਜਾਬ 'ਚ ਜੁਗਨੂ ਦਿਸਦੇ, ਜੁਗਨੂ ਕਹਿ ਲਓ, ਟਟਹਿਣਾ ਕਹਿ ਲਓ, ਉਹ ਨਿੱਕਾ ਜਿਹਾ ਜੀਵ ਮੱਛਰ ਜਿਹਾ ਹੁੰਦਾ ਜਿਹੜਾ ਜਗਦਾ ਹੈ, ਉਹ ਜਿਹੜੇ ਜਗਦੇ ਨੇ ਛੋਟੇ ਥੋੜ੍ਹੇ ਥੋੜ੍ਹੇ, ਇੰਨੀ ਕੁ ਰੋਸ਼ਨੀ, ਉਹ ਜਦੋਂ ਬੰਦੂਕ ਨੂੰ ਅੱਗ ਲਾਉਂਦੇ ਆ ਨਾ, ਤੋੜਾ ਤੁਖਾਉਂਦੇ ਆ, ਉਸ ਵੇਲੇ ਨਿਕਲਦੀ ਦਿਸਦੀ ਹੈ। ਮਹਾਨਾਦ ਹੋਇਓ ਸੋ ਬਾਜ਼ੀ ਹਰੇਖਾ ਤੇ ਘੋੜਿਆਂ ਦੇ ਹਿਣਕੜਾਹਟ ਦੀ ਆਵਾਜ਼ ਇਤਨੀ ਜ਼ਿਆਦਾ, ਘੋੜੇ ਹਿਣਕਦੇ ਹਨ ਜਦੋਂ, ਉਹਨਾਂ ਦੀ ਆਵਾਜ਼ ਕਿਸੇ ਦੀ ਆਵਾਜ਼ ਸੁਣਾਈ ਨਹੀਂ ਦੇਣ ਦਿੰਦੀ। ਪੱਕੇ ਮਾਰ ਲੀਜੈ ਸਕੋਪੰਗ ਵਿਸ਼ੇਖਾ ਤੇ ਸੂਰਮੇ ਗੱਜ ਗੱਜ ਕੇ ਜਕਾਰੇ ਗਜਾਂਦੇ, ਮਾਰ ਲਓ ਮਾਰ ਲਓ ਮਾਰ ਲਓ ਕਰਦੇ ਨੇ। ਨਹੀਂ ਜਾਨ ਦੀਜੈ ਗਹੋ ਕਾਟ ਡਾਰੋ, ਜਾਨ ਨਹੀਂ ਦੇਣਾ ਕਹਿੰਦੇ, ਫੜ ਕੇ ਮਾਰ ਲਓ। ਇਧਰੋਂ ਸਿੱਖ ਕਹਿੰਦੇ ਨੇ, ਉਧਰੋਂ ਤੁਰਕ ਵੀ ਕਹਿੰਦੇ ਨੇ, ਚਲੋ ਸਾਮ ਹੋਏ ਵੀਰ ਸ਼ੰਕਾ ਨਿਵਾਰੋ। ਭਾਈ ਜੋਧ ਰਾਏ ਜਾਤੀ ਮਲਕ ਆਪਣੇ ਯੋਧਿਆਂ ਨੂੰ ਕਹਿੰਦਾ, ਗੱਜ ਕੇ ਪੈ ਜਾਓ ਵੈਰੀ ਦੇ ਗਲ, ਸ਼ੰਕਾ ਨਾ ਕਰੋ, ਚੀਰ ਸੁੱਟੋ ਇਹਨਾਂ ਨੂੰ, ਪਾੜ ਸੁੱਟੋ। ਵਜੇ ਬ੍ਰਿੰਦ ਬਾਜੇ ਹੱਕਾ ਹੱਕ ਬੋਲੈ ਕਹਿੰਦੇ, ਬਾਜੇ ਨਗਾਰੇ ਵੱਜੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਬੜੇ ਬੜੇ ਸੂਰਮੇ ਨਗਾਰੇ ਬਜਾ ਕੇ ਆ ਗਏ। ਭਿੜੇ ਭੇੜ ਭਾਰੇ ਕਿਤੇ ਬੰਦ ਟੋਲੈ, ਟੋਲਿਆਂ ਦੇ ਟੋਲੇ ਬੰਨ ਕੇ ਭਿੜ ਗਏ, 100-100, 200-200 ਬੰਦਾ ਇੱਕ ਦੂਜੀ ਨਾਲ ਆ ਟਕਰਾਇਆ, ਢਾਲਾਂ ਦੇ ਤਲਵਾਰਾਂ ਠੈਂਕਣ ਲੱਗੀਆਂ, ਤੁਫੰਗਾਂ ਕੀ ਮਾਰ ਮਾਚੀ ਬਸਾਲਾ, ਗੋਲੀਆਂ ਦੀ ਮਾਰ ਬਹੁਤ ਜ਼ਿਆਦਾ ਮੱਚੀ, ਕਾੜ ਕਾੜ ਕਰਦੀਆਂ ਬੰਦੂਕਾਂ, ਰਾਤ ਦਾ ਟਾਈਮ,
ਇੰਨੀ ਭਿਆਨਕ ਆਵਾਜ਼ ਕੱਢਦੀਆਂ ਹਨ। ਗਜੰ ਕੇ ਠਣੰਕੈ ਉਠੈ ਠੋਕ ਜਾਲਾ। ਪੁਰਾਣੇ ਜ਼ਮਾਨੇ 'ਚ ਲੰਮਛੜਾਂ ਹੁੰਦੀਆਂ ਸੀ, 7-7 ਫੁੱਟ ਲੰਮੀ ਬੰਦੂਕ ਦੀ ਨਾਲ ਹੀ ਹੁੰਦੀ ਸੀ। ਉਹਦੇ ਦੇ ਵਿੱਚ ਪਹਿਲਾਂ ਬਰੂਦ ਦੀ ਥੈਲੀ ਪਾਣੀ ਪੈਂਦੀ ਸੀ, ਫਿਰ ਉੱਤੇ ਗੋਲੀ ਹੁੰਦੀ ਸੀ, ਸਿੱਕੇ ਦੀ ਗੋਲ ਗੋਲੀ ਤਾਂ ਹੀ ਕਹਿੰਦੇ, ਅੱਜ ਕੱਲ੍ਹ ਤਾਂ ਲੰਮੀਆਂ ਬੁਲਟ ਹੋ ਗਈਆਂ, ਪਹਿਲਾਂ ਗੋਲ ਹੁੰਦੀ ਸੀ, ਉਹ ਗੋਲ ਪਾ ਕੇ ਅਤੇ ਫਿਰ ਇੱਕ ਗਜ ਹੁੰਦਾ ਸੀਗਾ, ਗਜ ਸਰੀਆ ਜਿਹਾ, ਉਹ ਸਰੀਏ ਦੇ ਨਾਲ ਅੱਗੋਂ ਫਿਰ ਠੋਕਦੇ ਸੀ ਨਾਲੀ ਦੇ ਵਿੱਚ, ਪਹਿਲਾਂ ਬਰੂਦ ਪਾਉਣਾ, ਫਿਰ ਉਹਦੇ ਵਿੱਚ ਗੋਲੀ ਪਾਣੀ, ਫਿਰ ਗਜ ਨਾਲ ਠੋਕਣਾ, ਫਿਰ ਸਿੱਧਾ ਕਰਨਾ, ਫਿਰ ਤੋੜਾ ਤੁਖਾਉਣਾ, ਇਉਂ ਹੁੰਦਾ ਸੀਗਾ। ਤੋ ਮਾਰ ਭਾਈ ਸਾਹਿਬ ਜੀ ਲਿਖਦੇ ਆ, ਕਹਿੰਦੇ ਜਦੋਂ ਗੋਲੀ ਚਲਾ ਲੈਂਦੇ ਆ ਫਟਾਫਟ ਬੰਦੂਕ ਇੱਧਰ ਕਰਕੇ, ਫਿਰ ਕੁੱਪੀ ਪਾਉਂਦੇ ਆ ਬਰੂਦ ਦੀ, ਫਿਰ ਵਿੱਚ ਰੱਖਦੇ ਗੋਲੀ, ਫਿਰ ਗਜ ਨਾਲ ਠੋਕਦੇ, ਜਦੋਂ ਪੈਪ ਦੇ ਵਿੱਚ ਬੰਦੂਕ ਦੀ ਨਾਲੀ ਦੇ ਵਿੱਚ ਗਜ ਜਾਂਦਾ ਤੇ ਠਣਕ ਠਣਕ ਦੀ ਆਵਾਜ਼ ਆਉਂਦੀ ਹੈ। ਹਾਂਜੀ, ਪਰੈ ਪੋਰ ਘੋੜੇ ਧਰਾ ਨਾਦ ਠਾਨੈ। ਕਹਿੰਦੇ ਘੋੜਿਆਂ ਦੇ ਪੌੜ ਧਰਤੀ ਤੇ ਵੱਜਦੇ ਆ ਤੇ ਧਰਤੀ ਚੋਂ ਆਵਾਜ਼ ਆਉਂਦੀ ਹੈ। ਮਚਿਓ ਜੰਗ ਭੀਮੰ ਰਿਪੂ ਪ੍ਰਾਨ ਹਨ। ਕਹਿੰਦੇ ਬੜਾ ਭਿਆਨਕ ਯੁੱਧ ਹੋਇਆ, ਵੈਰੀਆਂ ਦੇ ਆਉਂਦਿਆਂ ਦੇ ਸਿੱਖਾਂ ਨੇ ਸਥਾਰ ਲਾ ਦਿੱਤੇ। ਚਲਾਵੈ ਕਸੈ ਫੇਰ ਬਾਰੂਦ ਡਾਲੈ। ਕਹਿੰਦੇ ਗੋਲੀ ਚਲਾਉਂਦੇ ਆ ਨਿਸ਼ਾਨਾ ਲਾ ਕੇ, ਫਿਰ ਉਹਦੇ 'ਚ ਕੁੱਪਾ ਬਰੂਦ ਦਾ ਸਿੱਟ ਕੇ ਫਟਾਫਟ ਗੋਲੀ ਪਾ ਕੇ ਫਿਰ ਉਹਨੂੰ ਦੁਬਾਰਾ ਠੋਕਦੇ ਆ ਗਜ ਦੇ ਨਾਲ, ਫਿਰ ਤਿਆਰ ਕਰਕੇ ਚਲਾ ਦਿੰਦੇ ਆ ਬੜੀ ਫੁਰਤੀ ਦਾ। ਅੱਜ ਕੱਲ੍ਹ ਤਾਂ ਆਟੋਮੈਟਿਕ ਗੰਨਾਂ ਨੇ, ਉਦੋਂ ਤਾਂ ਇੱਕ ਗੋਲੀ ਚੱਲਦੀ ਸੀ, ਜੇ ਦੋ ਨਾਲ ਹੀ ਹੋਵੇ ਤਾਂ ਦੋ ਗੋਲੀਆਂ ਚੱਲਦੀਆਂ ਸੀ, ਉਸ ਤੋਂ ਬਾਅਦ ਫਿਰ ਭਰਨੀ ਪੈਂਦੀ ਸੀ। ਪਰ ਉਹਨਾਂ ਸਿੱਖਾਂ ਦੀ ਫੁਰਤੀ ਕਿੰਨੀ ਸੀ ਵੀ ਅੱਖ ਦੇ ਪਲਕਾਰੇ 'ਚ ਦੂਜੀ ਗੋਲੀ ਤਿਆਰ ਕਰਕੇ ਚਲਾ ਦਿੰਦੇ ਸੀ। ਹਾਂਜੀ, ਕਿਤੇ ਇੱਕ ਗੋਰੀ ਤੋਂ ਗੋਰੀ ਨਿਕਾਲਾ। ਕਿਸੇ ਕੋਲ ਇੱਕ ਨਾਲੀ ਬੰਦੂਕ ਸੀ, ਉਹ ਇੱਕ ਗੋਲੀ ਚਲਾਉਂਦਾ ਸੀ, ਕਿਸੇ ਕੋਲ ਦੋ ਨਾਲੀ ਸੀ ਤੇ ਉਹ ਦੋ ਗੋਲੀਆਂ ਚਲਾਉਂਦਾ ਸੀ। ਕਲਾ ਪੈ ਜੜੇ ਮੋੜ ਤੋੜੇ ਪਖੰਤੇ। ਉਹ ਪਾ ਕੇ ਤੇ ਫਿਰ ਕਲਾ ਤੇ ਜੜ ਕੇ, ਪੱਥਰ ਕਲਾ ਹੁੰਦੀ ਸੀ, ਉਹ ਇੱਦਾਂ ਵੱਜਦਾ ਸੀ ਨਾ ਉੱਤੇ ਤੇ ਉਹਦੇ ਨਾਲ ਚਿੰਗਾੜੀ ਨਿਕਲਦੀ ਸੀ, ਉਹ ਜਾ ਬਰੂਦ ਨੂੰ ਪੈਂਦੀ ਸੀ, ਜੇ ਬਰੂਦ ਨੂੰ ਚਿੰਗਾੜੀ ਪੈਂਦਿਆਂ ਸਾਰ ਗੋਲੀ ਨੂੰ ਧੱਕ ਅੱਗੇ ਲੈ ਜਾਂਦੀ ਸੀ। ਇਸ ਤਰ੍ਹਾਂ ਉਹ ਆਪਣੀਆਂ ਬੰਦੂਕਾਂ ਚਲਾਉਂਦੇ ਸਨ। ਤਰੇ ਹੱਥ ਪੈ ਤਾਕ ਸ਼ਤਰੂ ਪਵੰਤੇ। ਕਹਿੰਦੇ ਹੱਥ ਤੇ ਧਰ ਕੇ ਦੁਸ਼ਮਣ ਦੀ ਛਾਤੀ ਦਾ ਨਿਸ਼ਾਨਾ ਲੈਂਦੇ ਤੇ ਠਾ ਗੋਲੀ ਮਾਰਦੇ। ਪਲੀਤਾ ਭਖੈ ਬ੍ਰਿੰਦ ਜਵਾਲਾ ਉਗਾਲਾ। ਪਲੀਤੇ ਭਖਦੇ ਆ ਤੇ ਉਹਦੇ ਵਿੱਚੋਂ ਅੱਗ ਨਿਕਲਦੀ, ਜਦੋਂ ਗੋਲੀ ਰਾਤ ਨੂੰ ਚੱਲੇ ਨਾ, ਵੈਸੇ ਤਾਂ ਬਹੁਤ ਬੰਦੂਕ ਗਰਮ ਹੋ ਜਾਵੇ ਨਾ, ਅਤੇ ਉਹਦੇ 'ਚ ਦਿਨ ਵੇਲੇ ਵੀ ਅੱਗ ਦਿਸਣ ਲੱਗ ਜਾਂਦੀ ਹੈ, ਰਾਤ ਨੂੰ ਤਾਂ ਦਿਸਣੀ ਦਿਸਣੀ। ਜਦੋਂ ਨਾਲਾਂ ਦੇ ਵਿੱਚੋਂ ਗੋਲੀਆਂ ਨਿਕਲਦੀਆਂ ਨੇ ਬੰਦੂਕਾਂ ਦੀਆਂ, ਅਤੇ ਉਹ ਕਹਿੰਦੇ ਫਿਰ ਉਹਨਾਂ 'ਚ ਅੱਗ ਹੀ ਦਿਸਦੀ ਆ। ਚਲੈ ਛੂੰਕ ਗੋਰੀ ਤੜਾਕੇ ਉਠਾਲੈ। ਛੂੰਕਦੀਆਂ ਹੋਈਆਂ ਛੜਾਕੇ ਪਾਉਂਦੀਆਂ, ਤੜਾਕੇ ਪਾਉਂਦੀਆਂ ਗੋਲੀਆਂ ਚੱਲਦੀਆਂ। ਲਗਾ ਅੰਗ ਪੰਗਾ ਤੁਰੰਗਾਂ ਨ ਡਾਲੈ। ਕਹਿੰਦੇ ਘੋੜਿਆਂ ਨੂੰ ਲੱਗਦੀਆਂ ਘੋੜੇ ਡਿੱਗ ਪੈਂਦੇ, ਜਵਾਨਾਂ ਨੂੰ ਲੱਗਦੀਆਂ ਜਵਾਨ ਡਿੱਗ ਪੈਂਦੇ, ਜਿਹਦੇ ਜਿਹੜੇ ਅੰਗ ਤੇ ਗੋਲੀ ਵੱਜਦੀ ਭੰਨ ਕੇ ਲੰਘ ਜਾਂਦੀ ਹੈ। ਕਿਤੇ ਸੂਰ ਘਾਏ ਹਲਾ ਚਾਲ ਘਾਲੈ। ਕਈ ਸੂਰ ਮੈਂ ਮਾਰ ਦਿੱਤੇ ਤੇ ਕਈ ਜ਼ਖਮੀ ਹੋ ਗਏ ਤੇ ਹਲਚਲ ਮੱਚ ਗਈ ਸੈਨਾ ਦੇ ਵਿੱਚ। ਕਿਤੇ ਕਾਇ ਘੁੰਮੈ ਬਿਰੈ ਗੀਰ ਘੁੰਮੈ। ਕਿਤੇ ਸੂਰ ਮੈਂ ਕਿੰਨੇ ਹੀ ਸੂਰ ਮੈਂ ਜ਼ਖਮੀ ਹੋ ਗਏ, ਮਰੇ ਨਹੀਂ ਪਰ ਝੂਮ ਝੂਮ ਕੇ ਡਿੱਗਦੇ ਹਾਂ। ਹਾਂਜੀ, ਕਿਤੇ ਖਾਏ ਗੋਰੀ ਖਰੇ ਤੀਰ ਝੂਮੈ। ਕਈ ਗੋਲੀ ਖਾ ਕੇ ਡਿੱਗਦੇ ਨੀ, ਝੂਮ ਝੂਮ ਕੇ ਲੜਦਾ ਅੱਗੇ ਲੜਨਾ ਚਾਹੁੰਦੇ ਆ। ਹਾਂਜੀ, ਸਵਈਆ ਯੋ ਜਬ ਮਾਰ ਮਚੀ ਸੋ ਕਨੀ। ਜਦੋਂ ਇਸ ਤਰ੍ਹਾਂ ਬੜੀ ਭਿਆਨਕ ਮਾਰ ਮਚੀ, ਤਬ ਬੇਗ ਲਲਾ ਸੁਧ ਜਾਨ ਲੜਾਈ। ਬੇਗ ਲਲਾ, ਲਲਾ ਬੇਗ ਨੂੰ ਪਤਾ ਲੱਗਾ ਬਈ ਹੁਣ ਲੜਾਈ ਮੱਚ ਗਈ ਹੈ, ਹੁਣ ਜਿੱਥੇ ਅਸੀਂ ਪਹੁੰਚਣਾ ਸੀ ਪਹੁੰਚ ਗਏ ਹਾਂ,
ਤੇ ਅੱਗੇ ਵੀ ਡਾਢੇ ਬੈਠੇ ਹਨ। ਕੰਬਰ ਬੇਗ ਸਮੀਪ ਪਿਖੇ ਹੋ, ਆ ਲਲਾ ਬੇਗ ਨੇ ਆਪਣੇ ਛੋਟੇ ਭਰਾ ਕੰਬਰ ਬੇਗ ਨੂੰ ਕੋਲ ਖੜਾ ਵੇਖਿਆ। ਬੱਡ ਪੀਰ ਬਲੀ ਤੇ ਸੰਗ ਸੁਣਾਈ। ਲਲਾ ਬੇਗ ਦਾ ਛੋਟਾ ਭਰਾ ਬਹੁਤ ਬਲੀ ਸੀ, ਬੜਾ ਸੂਰਮਾ ਸੀ, ਜੰਗੀ ਜਰਨੈਲ ਸੀ, ਕਾਬਲ ਦਾ ਪਠਾਨ ਸੀ। ਉਹਨੂੰ ਕਹਿਣ ਲੱਗਾ ਲਲਾ ਬੇਗ, ਪ੍ਰਾਤ ਸੁਣੋ ਕਮਸਾਨ ਕਨੋ, ਛੋਟੇ ਵੀਰ ਕਮਸਾਨ ਦਾ ਯੁੱਧ ਮਚ ਗਿਆ ਹੁਣ, ਰਣ ਹੋਏ ਰਹੋ ਸਭ ਕੇ ਅਗਵਾਈ, ਦੇਖ ਹੁਣ ਸਾਹਮਣੇ ਦੁਸ਼ਮਣ ਆ ਕੇ ਸਾਡੇ ਤੇ ਗੋਲੀਆਂ ਵਰਾ ਰਹੇ ਨੇ, ਪਾਨ ਸ਼ਰਾਬ ਕਰੋ ਕੁਛ ਥੋੜੀ, ਹੁਣ ਥੋੜੀ ਪੀਵੀ ਕਿਤੇ ਪੀ ਕੇ ਡਿੱਗ ਨਾ ਪਵੀ, ਜਿੰਨੀ ਕੁ ਤੇਰਾ ਸਰੀਰ ਗਰਮ ਰਵੇ ਉਨਾ ਕੁ ਇੱਕ ਅੱਧਾ ਘੁੱਟ ਪੀ ਲੈ, ਤੇ ਥੋੜੀ ਪੀ ਕੇ ਫਿਰ ਸਰੀਰ ਆਪਣਾ ਕਾਇਮ ਕਰ ਲੈ, ਹੁਣ ਤੂੰ ਜੰਗ ਨੂੰ ਜਾਣਾ ਹੈ। ਤੋ ਸਿਰ ਪੱਗ ਕਰੋ ਆਬ ਧਾਈ, ਹੁਣ ਮੇਰੀ ਪੱਗ ਦੀ ਲਾਜ ਤੂੰ ਰੱਖਣੀ ਹੈ ਕੰਬਰ ਬੇਗ, ਹੁਣ ਜੰਗ ਤੂੰ ਫਤਿਹ ਕਰਨਾ ਹੈ। ਆਇਸ ਭਰਾਤ ਵੱਡੇ ਕੀ ਸੁਣੀ, ਕਹਿੰਦੇ ਵੱਡੇ ਭਰਾ ਲਲਾ ਬੇਗ ਦੀ ਆਗਿਆ ਜਦੋਂ ਛੋਟੇ ਨੇ ਕੰਬਰ ਬੇਗ ਨੇ ਸੁਣੀ, ਤਬ ਕੰਬਰ ਬੇਗ ਨੇ ਬਾਕ ਕਹਿਓ, ਕੰਬਰ ਬੇਗ ਲਲਾ ਬੇਗ ਨੂੰ ਕਹਿਣ ਲੱਗਾ, ਕਿਆ ਗੁਰ ਸੈਨ ਡਰੋ ਜਿਸ ਤੇ ਆਪ, ਭਰਾ ਜੀ ਪਹਿਲਾਂ ਬੀਤੀ ਹੋਈ ਸੀ ਰਾਤ ਦੀ ਕਿਉਂਕਿ ਪੀਂਦੇ ਹੀ ਆਉਂਦੇ ਸੀਗੇ, ਕਹਿੰਦਾ ਗੁਰੂ ਦੀ ਫੌਜ ਕੀ ਚੀਜ਼ ਆ ਜਿਹਦੇ ਤੋਂ ਮੈਂ ਡਰ ਜਾਂਗਾ, ਮੈਂ ਨੀ ਕਿਸੇ ਤੋਂ ਡਰਨ ਵਾਲਾ, ਮੈਂ ਬੜੇ ਬੜੇ ਜੰਗ ਜਿੱਤੇ ਹੈ। ਮਾਰ ਸਵੈ ਨੇ ਸੰਤ ਲਹਿਓ, ਅੱਜ ਰਾਤ ਨੂੰ ਹੀ ਮੁਕਾ ਦੇਣਾ, ਸਵੇਰ ਹੁੰਦੇ ਤੱਕ ਤੇ ਆਪਾਂ ਗੁਰੂ ਨੂੰ ਫੜ ਲਵਾਂਗੇ ਜਿਉਂਦਾ। ਆਪ ਖੁਦਾਏ ਨੇ ਬਾਂਧ ਦਿਓ, ਗੁਰੂ ਹਰਗੋਬਿੰਦ ਅੱਲਾ ਤਾਲਾ ਨੇ ਸਾਨੂੰ ਬੰਨ ਕੇ ਦੇ ਦਿੱਤਾ, ਕਹਿੰਦਾ ਹੁਣ ਗੁਰੂ ਭੱਜ ਨਹੀਂ ਸਕਦਾ, ਇੱਥੇ ਮਿਲ ਗਿਆ ਨਾ, ਹੁਣ ਤੁਸੀਂ ਚਿੰਤਾ ਨਾ ਕਰੋ, ਸਮਝੋ ਖੁਦਾ ਨੇ ਅੱਲਾ ਤਾਲਾ ਨੇ ਬੜੀ ਰਹਿਮਤ ਕੀਤੀ ਹੈ ਕਿ ਗੁਰੂ ਸਾਡੇ ਕਾਬੂ ਆ ਗਿਆ, ਸਵੇਰੇ ਦਿਨ ਚੜ੍ਹਨ ਦਿਓ, ਫੜ ਕੇ ਬੇੜੀਆਂ ਪਾ ਕੇ ਹੱਥ ਕੜੀਆਂ ਲਾ ਕੇ ਲਾਹੌਰ ਲੈ ਚੱਲਾਂਗੇ। ਬਿਨ ਤਰਾਸ ਧਰੇ ਇਸ ਥਾਨ ਰਹਿਓ, ਜੇ ਕਿਤੇ ਦੌੜ ਜਾਂਦਾ ਨਾ ਗੁਰੂ ਭੱਜ ਜਾਂਦਾ ਸਾਥੋਂ ਡਰ ਕੇ ਤੇ ਬਚ ਜਾਂਦਾ, ਪਰ ਗੁਰੂ ਗਿਆ ਨਹੀਂ ਨਾ, ਤੇ ਸਮਝੋ ਗੁਰੂ ਨੇ ਮੌਤ ਬੁਲਾ ਲਈ ਹੈ, ਹੁਣ ਗੁਰੂ ਨਹੀਂ ਬਚ ਸਕਦਾ ਸਾਥੋਂ। ਸ਼ਾਹ ਤੁਰੰਗਨ ਲੈ ਆਪ ਦੋਨੋਂ, ਬਾਦਸ਼ਾਹ ਦੇ ਦੋਵੇਂ ਘੋੜੇ ਦਿਲਬਾਗ ਤੇ ਗੁਲਬਾਗ ਜਿਹੜੇ ਗੁਰੂ ਦਾ ਸਿੱਖ ਚੋਰੀ ਕਰਕੇ ਕਿਲੇ ਚੋਂ ਲੈ ਆਇਆ, ਉਹ ਆਪਾਂ ਵਾਪਸ ਲੈ ਜਾਣੇ ਬਾਦਸ਼ਾਹ ਕੋਲ। ਜਾਏ ਮਿਲੈ ਗੁਰ ਲੇਹ ਗਹਿਓ, ਆ ਗੁਰੂ ਨੂੰ ਵੀ ਫੜਨਾ ਦੇ ਘੋੜੇ ਵੀ ਵਾਪਸ ਲੈ ਕੇ ਜਾਣੇ ਆਪਾਂ। ਸ਼ਾਹੋ ਕਰੈ ਬਖਸ਼ੀਸ਼ ਮਹਾ, ਭਰਾ ਜੀ ਬਾਦਸ਼ਾਹ ਨੇ ਕਿਹਾ ਸੀ ਦੋਹਰਾ ਮਰਾਤਬਾ ਕਰ ਦਿਆਂਗਾ, ਚੌਹਰਾ ਮਰਾਤਬਾ ਕਰ ਦਿਆਂਗਾ, ਤੇ ਆਪਾਂ ਨੂੰ ਬੜੇ ਬੜੇ ਸੂਬੇ ਮਿਲਣੇ ਆ, ਤੁਸੀਂ ਕਾਬਲ ਦੀ ਸੂਬੇਦਾਰੀ ਸਾਂਭਿਆ ਜੇ, ਮੈਨੂੰ ਪੰਜਾਬ 'ਚ ਕੋਈ ਸੂਬਾ ਮਿਲ ਜੂ ਤੇ ਆਪਾਂ ਮੌਜਾਂ ਕਰਾਂਗੇ। ਜਸ ਫੈਲ ਪਰਾ ਸਗਲੇ ਤੋਰ ਕਾਨਾ, ਤੇ ਮੇਰਾ ਤੇ ਤੇਰਾ ਵੀਰ ਜੀ ਸਾਰੇ ਹਿੰਦੁਸਤਾਨ ਹੀ ਨਹੀਂ ਮੱਕੇ ਮਦੀਨੇ ਤੱਕ ਜੈਸ ਫੈਲਣਾ, ਸਾਰੇ ਮੁਸਲਮਾਨ ਸਾਡੇ ਸੋਹਲੇ ਗਾਣਗੇ, ਕਹਿਣਗੇ ਬੜੀ ਬਹਾਦਰੀ ਦੇ ਕੰਮ ਕੀਤੇ ਆ, ਬੜਾ ਵੱਡਾ ਬਾਗੀ ਸੀ ਗੁਰੂ ਹਰਗੋਬਿੰਦ, ਉਹਨੂੰ ਫੜ ਕੇ ਲਿਆਏ ਹਨ। 4000 ਹਿਸੈਨ ਸੁਣੀ, ਕੋਈ ਪੱਕੀ CID ਮਿਲੀ ਆ ਵੀ ਗੁਰੂ ਕੋਲ 4000 ਬੰਦਾ ਹੈ, ਕਿੱਥੇ 4000 ਕਿੱਥੇ ਸਾਡਾ 35000, 35000 ਬੰਦੇ ਦੇ ਸਾਹਮਣੇ 4000 ਕਿੰਨਾ ਚਿਰ ਖੜਨਗੇ। ਹਮਰੇ ਟਿਕ ਹੈ ਰੋ ਪੁੰਜ ਮਹਾਨਾ, ਸਾਡੇ ਕੋਲ 35000 ਫੌਜ ਹੈ, ਸ਼ਾਹੀ ਫੌਜ ਹੈ, ਜੰਗੀ ਘੋੜੇ ਹਨ, ਜੰਗੀ ਹਥਿਆਰ ਹਨ, ਗੁਰੂ ਕੋਲ ਤੇ 4000 ਆਟੇ 'ਚ ਲੂਣ ਵੀ ਕੋਈ ਨਹੀਂ,
ਆਟੇ ਮੈਂ ਲੂਣ ਸਮਾਨ ਮਿਲਾਵੋ। ਇੰਝ ਸਮਝ ਲਓ ਵੀ ਜਿਵੇਂ ਇੰਨੇ ਆਟੇ ਦੇ ਵਿੱਚ ਥੋੜਾ ਜਿਹਾ ਲੂਣ ਹੁੰਦਾ, ਗੁਰੂ ਦੇ ਸਿੱਖ ਆਟੇ 'ਚ ਲੂਣ ਦੇ ਬਰਾਬਰ ਨੇ। ਕੌਣ ਸੀ ਰਲ ਰਪੇ ਅਗਵਾਨਾ, ਸਾਡੇ ਸਾਹਮਣੇ ਕਿਹੜਾ ਖੜ ਸਕਦਾ ਭਰਾ ਜੀ? ਇੱਕ ਗੁਰੂ ਸਿੱਖ ਹੈ ਹਮਰੇ ਦਸ। ਜੇ ਗੁਰੂ ਦਾ ਸਿੱਖ ਇੱਕ ਤੇ ਸਾਡੇ ਦਸ ਬੰਦੇ ਨੇ, ਦਸ ਬੰਦੇ ਇੱਕ ਬੰਦੇ ਨੂੰ ਕੀ ਸਮਝਦੇ ਆ? ਹਾਂਜੀ, ਕਹੋ ਪਹਿਲਵਾਨ ਜੋ ਹੋਏ ਨਹਾਨਾ, ਇਹੋ ਜਿਹਾ ਕਿਹੜਾ ਸੂਰਮਾ ਜਿਹਨੂੰ ਅਸੀਂ ਮਾਰ ਨਹੀਂ ਸਕਦੇ? ਪਾਨ ਸ਼ਰਾਬ ਕਰੇ ਬਹੁਤੀ, ਕਹਿੰਦੇ ਕੋਈ ਨੀ ਆਪਾਂ ਪੀ ਕੇ ਲੜਾਂਗੇ। ਵੇਖ ਵੇਖ ਲਲਾ ਰਣ ਫੇਰ ਉਚਾਰੀ, ਤੇ ਕੰਬਰ ਬੈਗ ਨੇ ਜਦੋਂ ਘੋਟਕ ਪਾਇਆ ਨਾ ਪਿਆਲੇ ਚ, ਘੋੜੇ ਤੇ ਚੜੇ ਚੜੇ ਨੇ, ਤੇ ਲਲਾ ਬੇਗ ਕਹਿਣ ਲੱਗਾ, ਜੋਰ ਪਰਿਓ ਬਹੁ ਘੋਰ ਸੁਣੈ ਰਾਵ, ਕਹਿਣ ਲੱਗਾ ਦੇਖ ਕੰਬਰ ਬੇਗ, ਦੁਸ਼ਮਣ ਭਾਵੇਂ ਥੋੜਾ ਵੀ ਹੋਵੇ ਨਾ, ਉਹਨੂੰ ਕਮਜ਼ੋਰ ਨਹੀਂ ਜਾਣੀਦਾ ਹੁੰਦਾ, ਉਹ ਜਿਹੜੇ ਜ਼ੋਰ ਪਾ ਰਹੇ ਨੇ ਸਾਡੇ ਸਾਹਮਣੇ ਅੜ ਕੇ ਖੜ ਗਏ ਨੇ, ਕੋਈ ਨਾ ਕੋਈ ਇਰਾਦਾ ਉਹਨਾਂ ਦਾ ਮਜ਼ਬੂਤ ਜਾਪਦਾ ਹੈ। ਤੂੰ ਪ੍ਰਸਠਨ ਹੋ ਠੋਰ ਅਗਾਰੀ, ਤੇ ਤੂੰ ਛੇਤੀ ਕਰ, ਆਪਾਂ ਸਵੇਰ ਨਹੀਂ ਹੋਣ ਦੇਣੀ, ਆਪਾਂ ਰਾਤੋ ਰਾਤ ਗੁਰੂ ਨੂੰ ਫੜਨਾ, ਤੇ ਤੂੰ ਅੱਗੇ ਹੋ ਹੁਣ। ਸੱਤ ਹਜ਼ਾਰ ਸੂਰਜ ਸੂਰ, 7000 ਘੋੜ ਸਵਾਰ ਤੂੰ ਨਾਲ ਲੈ ਕੇ ਜਾ, 7000 ਫੌਜ ਤੂੰ ਲੈ ਕੇ ਲੜ ਗੁਰੂ ਨਾਲ ਜਾ ਕੇ। ਕਰੋ ਆਪਣੇ ਸੰਗ ਮੈਂ ਬਲ ਭਾਰੀ, ਆਪਣੇ ਨਾਲ 7000 ਫੌਜ ਲੈ ਜਾ, ਬਾਕੀ 28000 ਮੈਂ ਪਿੱਛੇ ਰੱਖਾਂਗਾ। ਅੱਗੇ ਕੋ ਰੋਕ ਹੋ ਜਾਏ ਬੇਲੋਕ ਹੋ, ਅੱਗੇ ਜਾ ਕੇ ਗੁਰੂ ਦੇ ਸਿੱਖਾਂ ਨੂੰ ਰੋਕ, ਰੋਰ ਮਹਾ ਕੇ ਮਹੋਤ ਪੁਕਾਰੀ, ਕਿੰਨਾ ਕੁ ਰੌਲਾ ਪਾ ਰਹੇ ਨੇ ਸਿੱਖ, ਜਕਾਰੇ ਬੁਲਾ ਰਹੇ ਨੇ, ਗੋਲੀਆਂ ਚਲਾ ਰਹੇ ਨੇ, ਇਹਨਾਂ ਦੇ ਦੰਦ ਖੱਟੇ ਘਰ ਦੇ। ਭਰਾਤ ਕੀ ਆਏ ਸਮਾਨ ਚਲਿਓ, ਸਾਧ ਸੰਗਤ ਜੀ ਵੱਡੇ ਭਰਾ ਲਲਾ ਬੇਗ ਦੀ ਆਗਿਆ ਪਾ ਕੇ ਤੁਰ ਪਿਆ। ਬਹੁ ਪਾਨ ਸੁਰਾ ਕਰ ਵੀਰ ਹੰਕਾਰੀ, ਜਵਾਨ ਬੜਾ ਸੀਗਾ, 7 ਫੁੱਟ ਦਾ ਜਵਾਨ ਸੀਗਾ ਕੰਬਰ ਬੇਗ, ਤੇ ਬੱਕਰਾ ਕੱਲਾ ਹੀ ਖਾ ਜਾਂਦਾ ਸੀਗਾ, ਤੇ ਸ਼ਰਾਬ ਉਹਨੇ ਫਿਰ ਪੀ ਲਈ ਤੇ ਚੜ ਪਿਆ ਘੋੜੇ ਦੇ ਉੱਤੇ। ਕੰਬਰ ਬੇਗ ਨੇ ਬੇਗ ਕਰਿਓ, ਔਰ ਬੜੇ ਤੇਜ਼ੀ ਨਾਲ ਘੋੜਾ ਦੜਾ ਦਿੱਤਾ। ਉਦ ਬੇਗ ਸੋ ਬੇਗ ਲਲਾ ਨਾ ਸਹਾਰੀ, ਤੇ ਲਲਾ ਬੇਗ ਨੇ ਵੀ ਕੋਈ ਪਿੱਛੋਂ ਕਸਰ ਨਹੀਂ ਛੱਡੀ, ਉਹਨੇ ਵੀ ਸਾਰੇ ਵੱਡੇ ਵੱਡੇ ਜੰਗੀ ਜਰਨੈਲ ਉਹਦੇ ਨਾਲ ਤੋਰ ਦਿੱਤੇ। ਦੀਹ ਦਮਾਮੇ ਸਮੂਹ ਵੱਜੇ, ਵੱਡੇ ਵੱਡੇ ਨਗਾਰੇ ਸ਼ੁਤਰੀ ਨਗਾਰੇ ਤੇ ਬੜੇ ਬੜੇ ਵੱਡੇ ਰਣ ਸਿੰਘੇ ਵੱਜੇ ਨੇ। 7000 ਚੱਲੇ ਬਲ ਭਾਰੀ, 7000 ਦਾ ਟੋਲਾ ਲੈ ਕੇ ਕੰਬਰ ਬੇਗ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਫੌਜਾਂ ਤੇ ਹਮਲਾਵਰ ਹੋ ਗਿਆ ਭਾਈ ਜੋਧ ਰਾਏ ਤੇ ਜਾਤੀ ਮਲਕ ਨਾਲ ਲੜਨ ਵਾਸਤੇ। ਹੇਲਾ ਪੁਕਾਰਤ ਗੋਰਨ ਮਾਰਤ, ਹੱਲੇ ਤੇ ਹੱਲਾ ਕਰਦੇ ਗੋਲੀਆਂ ਦਾ ਮੀਂਹ ਵਰਾਂਦੇ ਆਏ ਹਨ ਤੁਰਕ। ਤੁਮਰ ਧਾਰਤ ਆਏ ਅਗਾਰੀ, ਹੱਥ ਦੇ ਬਰਛੇ ਫੜੇ, ਨਾਗਣੀਆਂ ਫੜੀਆਂ, ਤਲਵਾਰਾਂ ਢਾਲਾਂ ਬੰਦੂਕਾਂ ਤੀਰ ਕਮਾਣ, ਤੇ ਬੜਾ ਜਾਲੀ ਜਾ ਮੁਹੰਮਦ ਦਾ ਨਾਰਾ ਮਾਰ ਕੇ ਆ ਪਏ। ਸ੍ਰੀ ਹਰਿ ਗੋਬਿੰਦ ਧੀਰ ਬਲੀ, ਅੱਗੇ ਮਾਂ ਬਲੀ ਜੋਧੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ। ਮਾਰ ਪੀਰ ਸਮੀਰ ਕੇ ਸੰਗ ਬਖਾਨਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ। ਆਏ ਸਹਾਇਕ ਹੋਏ ਅਬੈ, ਮਹਾਰਾਜ ਨੇ ਹਵਾ ਨੂੰ ਇਸ਼ਾਰਾ ਕੀਤਾ, ਕਿਉਂਕਿ ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰੀਆ। ਸਤਿਗੁਰੂ ਪਰਮੇਸ਼ਰ ਹਨ, ਉਹਨਾਂ ਦੇ ਭੈ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲਦੀ ਹੈ। ਹਵਾ ਨੂੰ ਮਹਾਰਾਜ ਕਹਿੰਦੇ ਹੁਣ
ਤੂੰ ਆਪਣਾ ਕੰਮ ਕਰ ਦੇ। ਲਗ ਸੈਲ ਹਮਲ ਹੈ ਸੀਤ ਮਹਾਨਾ, ਮਹਾਰਾਜ ਦਾ ਇਸ਼ਾਰਾ ਪਾ ਕੇ ਭਾਈ ਸਾਹਿਬ ਲਿਖਦੇ ਆ ਵੀ ਹਿਮਾਲਿਆ ਪਰਬਤ ਉੱਤੋਂ ਫਿਰ ਠੰਡੀ ਹਵਾ ਚੱਲੀ, ਤੇਜ਼ ਤੇਜ਼ ਸੀਤ ਲਹਿਰ ਜਿਹਨੂੰ ਕਹਿੰਦੇ ਆ ਨਾ, ਉਹ ਚਲਾਈ ਫਿਰ ਸਤਿਗੁਰਾਂ ਨੇ। ਸਤਰਨ ਕੇ ਤਨ ਸੀਤ ਕਰੋ, ਮਹਾਰਾਜ ਕਹਿੰਦੇ ਸਰੀਰ ਠੰਡੇ ਕਰਦੇ ਇਹਨਾਂ ਦੇ। ਜਿਨ ਤੇ ਨਾ ਬਣੇ ਕੁਛ ਹੋਵੇ ਠਰਵਾਨਾ, ਇਹਨੇ ਠਰ ਜਾਣ ਵੀ ਇਹਨਾਂ ਕੋਲ ਹੋਵੇ ਹੀ ਕੱਖ ਨਾ। ਹੁਣ ਕੰਪ ਉਠਾ ਸਭ ਕੇਰ ਸਰੀਰ, ਠੰਡ ਨਾਲ ਕੰਬਣ ਲਾ ਦੇ। ਅਧੀਰਜ ਪੀਰਜ ਕੋ ਕਰਹਾਨਾ, ਇਹਨਾਂ ਦਾ ਹੌਸਲਾ ਪਸਤ ਹੋ ਜਾਵੇ। ਆਇਸ ਪਾਏ ਚਲਿਓ ਹਰ ਖਾਏ, ਸਤਿਗੁਰਾਂ ਦੀ ਆਗਿਆ ਪਾ ਕੇ, ਕਿਉਂਕਿ ਗੁਰੂ ਦੇ ਭੈ ਵਿੱਚ ਗੁਪਤ ਸ਼ਕਤੀਆਂ ਸਾਰੀਆਂ ਹੀ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਵਿੱਚ ਪੌਣ ਵਹਿ ਸਦ ਵਾਓ। ਉਹ ਫਿਰ ਹਵਾ ਜਦੋਂ ਠੰਡੀ ਚੱਲੀ ਹੈ, ਲੱਗੇ ਉਹ ਹਿਮ ਸੈਲ ਕੇ ਜਾਏ ਸਥਾਨਾ, ਉਹ ਹਿਮਾਲਿਆ ਪਰਬਤ ਦੀ ਉੱਪਰਲੀ ਜਿਹੜੀ ਠੰਡੀ ਚੋਟੀ ਹੈ ਨਾ ਬਰਫੀਲੀ, ਉਥੋਂ ਫਿਰ ਬੁੱਲਾ ਚੱਲਿਆ। ਸੀਤ ਕੋ ਲਿਆਏ ਬਹਿਓ ਇਤ ਆਏ, ਉਹ ਸੀਤ ਲਹਿਰ ਆਈ ਫਿਰ ਬੜੇ ਜ਼ੋਰ ਦੇ ਨਾਲ ਇਧਰ ਨੂੰ ਵਗੀ ਹੈ। ਜਹਾਂ ਰਾਣ ਥਾਏ ਲੜੈ ਤੁਰਕਾਨਾ, ਜਿੱਥੇ ਤੁਰਕਾਂ ਦੀ ਫੌਜ ਲੜ ਰਹੀ ਹੈ। ਲੱਗੇ ਉਹ ਸਰੀਰ ਨਤੀਰ ਤਜੀ, ਕਹਿੰਦੇ ਠੰਡੀ ਹਵਾ ਜਦੋਂ ਸਰੀਰ ਨੂੰ ਲੱਗੀ ਤੇ ਹੌਸਲਾ ਟੁੱਟ ਗਿਆ। ਠਰ ਪੂਰ ਪਇਓ ਬੱਡ ਸੀਤ ਕੋ ਮਾਨਾ, ਠਰ ਕੇ ਨਾ ਹੱਥਾਂ ਚੋਂ ਤਲਵਾਰਾਂ ਡਿੱਗਣ ਲੱਗ ਪਈਆਂ, ਸਰੀਰ ਕੰਬਣ ਲੱਗ ਪਏ ਠੰਡ ਦੇ ਨਾਲ। ਹੱਥ ਕੀ ਅੰਗੂਰੀ ਨਾਹੀਂ ਖੁੱਲੇ, ਹੱਥਾਂ ਦੀਆਂ ਉਂਗਲੀਆਂ ਨਹੀਂ ਖੁੱਲਦੀਆਂ, ਹੱਥਾਂ ਦੀ ਤਲਵਾਰਾਂ ਦੇ ਮੁੱਠੇ ਹੱਥਾਂ ਵਿੱਚ ਹੀ ਜਾਮ ਰਹਿ ਗਏ, ਸਰੀਰ ਚ ਇੰਨੀ ਸੱਤਾ ਹੀ ਨਹੀਂ ਰਹੀ ਲੜਨ ਵਾਲੀ। ਮੁਖ ਦੰਤ ਵਜੇ ਬਲਹੀਨ ਵਜਾਨਾ, ਕਹਿੰਦੇ ਦੰਦ ਵੱਜਣ ਲੱਗ ਪਏ, ਦੰਦੋੜਕਾ ਵੱਜਣ ਲੱਗ ਪਿਆ ਠੰਡ ਦੇ ਨਾਲ। ਸ਼ੀਰ ਤੇ ਸਾਧ ਸਰੀਰਨ ਕੋ, ਕਹਿੰਦੇ ਆਪਣੇ ਕੱਪੜਿਆਂ ਦੇ ਨਾਲ ਸਰੀਰ ਨੂੰ ਕੱਜਦੇ ਆ, ਕੰਬਦੇ ਆ, ਪਰ ਕੋਈ ਚਾਰਾ ਨਹੀਂ ਹੁਣ ਚੱਲਦਾ। ਜੋਗ ਹੱਥ ਨੂੰ ਦੇ ਤੋ ਹੈ ਕਾਂਖ ਮਜਾਰਾ, ਦੋਵੇਂ ਹੱਥਾਂ ਨੂੰ ਕੱਛਾਂ ਚ ਦੇਂਦੇ ਓ ਕਰਕੇ, ਪਰ ਹੁਣ ਹੱਥਾਂ ਨੂੰ ਕੱਛਾਂ ਚ ਦੇਣ ਦਾ ਟਾਈਮ ਥੋੜਾ, ਹੁਣ ਤਾਂ ਤੇਗਾ ਮਾਰਨ ਦਾ ਸਮਾਂ ਹੈ। ਕੌਣ ਤੁਫੰਗ ਚਲਾਏ ਸਕੈ, ਹੁਣ ਕੰਬਰ ਬੇਗ ਦੇ ਨਾਲ ਕਿਹੜਾ ਸੂਰਮਾ ਬੰਦੂਕ ਚਲਾ ਸਕਦਾ। ਛੋਟ ਬਾਗ ਗਈ ਨਾ ਕਿ ਕਾਨ ਸੰਭਾਰਾ, ਘੋੜਿਆਂ ਦੀਆਂ ਬਾਗਾਂ ਫੜਨ ਜੋਗੀ ਜਾਨ ਨਹੀਂ ਰਹੀ, ਤੇ ਘੋੜੇ ਵੀ ਠੰਡ ਨਾਲ ਠਰ ਗਏ ਤੇ ਜਵਾਨ ਵੀ ਠਰ ਗਏ। ਕੰਪਤ ਹੈ ਤਨ ਹੋਤ ਨਹੀਂ ਕੁਛ, ਕਹਿੰਦੇ ਸਰੀਰ ਕੰਪਦੇ ਨੇ, ਰਾਤ ਦਾ ਸਮਾਂ ਪੋਹ ਮਾਹ ਦੀ ਸਰਦੀ ਆ ਤੇ ਸਰੀਰ ਤੋਂ ਕੁਝ ਸਰਦਾ ਨਹੀਂ। ਆਏ ਫਿਰੇ ਮੁਖ ਬੋਲ ਉਚਾਰਾ, ਆ ਕੇ ਸਿੱਖਾਂ ਦੇ ਮੁਕਾਬਲੇ ਤੇ ਇਹਨਾਂ ਨੇ ਯਾ ਅਲੀ ਯਾ ਮੁਹੰਮਦ ਦਾ ਨਾਰਾ ਮਾਰਿਆ। ਕੰਬਰ ਬੇਗ ਪਇਓ ਰਾਣ ਸਮਖ, ਕੰਬਰ ਬੇਗ ਲਲਾ ਬੇਗ ਦਾ ਭਰਾ ਮੈਦਾਨੇ ਜੰਗ ਚ ਆ ਗਜਿਆ। ਹੋਏ ਤੁਫੰਗਨ ਕੇ ਕੜਕਾਰਾ, ਕਾੜ ਕਾੜ ਕਰਦੀਆਂ ਗੋਲੀਆਂ ਦਾ ਮੀਂਹ ਵਰਾ ਦਿੱਤਾ, ਦੋਵਾਂ ਪਾਸਿਆਂ ਤੋਂ ਗੋਲੀ ਚੱਲਣ ਲੱਗੀ। 7000 ਕੀ ਭੀੜ ਪਈ ਜਬ, ਜਦੋਂ 7000 ਤੁਰਕ ਆ ਗਿਆ ਉਹਨਾਂ ਦੀ ਭੀੜ ਹੋ ਗਈ। ਜੋਧ ਨੇ ਜ਼ੋਰ ਭਰਿਓ ਤਬ ਜਾਨਾ, ਭਾਈ ਜੋਧ ਰਾਏ ਨੇ ਜਾਣਿਆ ਵੀ ਦੁਸ਼ਮਣ ਦਾ ਹੁਣ ਜ਼ੋਰ ਪੈ ਰਿਹਾ, ਸਾਡੇ ਕੋਲ ਜਵਾਨ ਘੱਟ ਨੇ, ਉਹਨਾਂ ਦੀ ਫੌਜ ਜ਼ਿਆਦਾ ਆ ਗਈ ਹੈ। ਸ਼ਾਹੋ ਸਲੇਮ ਸੋ ਭਰਾਤ ਹੁਤੋ, ਜੋਧ ਰਾਏ ਦਾ ਛੋਟਾ ਭਰਾ ਸੀ ਸਲੇਮ ਸ਼ਾਹ, ਇਹ ਜੋਧ ਸ਼ਾਹ ਸਲੇਮ ਸ਼ਾਹ ਇਹ ਭਰਾ ਸਨ, ਦੀਨੇ ਕਾਂਗੜ ਦੇ ਰਾਜੇ ਸਨ। ਆਪਣੇ ਛੋਟੇ ਭਰਾ ਸਲੇਮ ਸ਼ਾਹ ਵੱਲ ਵੇਖਿਆ, ਬਲਵਾਨ ਕੇ ਸਾਥ ਸੋ ਬਾਕ ਬਖਾਨਾ, ਭਾਈ ਜੋਧ ਸ਼ਾਹ ਨੇ ਸਲੇਮ ਸ਼ਾਹ ਨੂੰ ਆਖਿਆ, ਮਾਰ ਤੁਫੰਗਨ ਭੰਗ ਕਰੋ। ਕਹਿਣ ਲੱਗੇ ਹੇ ਪੁੱਤ ਵੀਰ ਸਲੇਮ ਸ਼ਾਹ, ਆ ਤੁਰਕਾਂ ਦੀ ਫੌਜ ਆ ਗਈ ਮਾਰ ਥੱਲੇ,
ਤੇ ਮਾਰ ਮਾਰ ਗੋਲੀਆਂ ਉਡਾ ਦਿਓ। ਇਹ ਆਵਤ ਵਗਰੋ ਵਧਿਓ ਤੁਰਕਾਨਾ, ਇਹ ਤੁਰਕ ਵਧੇ ਆ ਰਹੇ ਨੇ ਅੱਗੇ ਹੁਣ। ਪੰਚੋ ਸੈ ਲੈ ਹੋ ਪਵੰਗਮ ਸੰਗ, 500 ਸਿੱਖਾਂ ਦਾ ਜਥਾ ਤੂੰ ਲੈ ਕੇ ਘੋੜ ਸਵਾਰਾਂ ਦਾ ਇਹਨਾਂ ਦਾ ਮੁਕਾਬਲਾ ਕਰ। ਉਠਾਏ ਕੇ ਬਾਗ ਕਰੋ ਕਮਸਾਨਾ, ਆਪਣੇ ਘੋੜੇ ਦੀਆਂ ਬਾਗਾਂ ਉਠਾ ਤੇ ਕਮਸਾਨ ਦਾ ਜੰਗ ਸ਼ੁਰੂ ਕਰ ਦੇ। ਜੋਧ ਸੋ ਭਰਾ ਤੇ ਕੀ ਆਇਸ ਕੋ, ਜੋਧ ਰਾਏ ਵੱਡੇ ਭਰਾ ਦੀ ਆਗਿਆ ਸਲੇਮ ਸ਼ਾਹ ਛੋਟੇ ਭਰਾ ਨੇ ਮੰਨੀ। ਸੁਨ ਸ਼ਾਹੋ ਸਲੇਮ ਚਲਿਓ ਉਤ ਸਾਹੂ, ਸਲੇਮ ਸ਼ਾਹ ਜੋਧ ਰਾਏ ਦੀ ਆਗਿਆ ਪਾ ਕੇ ਬੜੇ ਉਤਸ਼ਾਹ ਨਾਲ ਜੰਗ ਨੂੰ ਤੁਰਿਆ। ਤੀਰ ਤੁਫੰਗਨ ਤੋਮਰ ਤੇ, ਤੀਰਾਂ ਨਾਲ ਬੰਦੂਕਾਂ ਨਾਲ ਬਰਛਿਆਂ ਨਾਲ, ਤਰਵਾਰਨ ਕੋ ਗਹਿ ਕੈ ਕਰ ਮਾਹੂ, ਤਲਵਾਰਾਂ ਹੱਥ ਵਿੱਚ ਫੜ ਕੇ ਕਵੀ ਜੀ ਨੇ ਇੱਥੇ ਬੜਾ ਸੁੰਦਰ ਅਨੁਪ੍ਰਾਸ ਵਰਤਿਆ। ਇੱਕੋ ਹੀ ਤੀਰ ਤੁਫੰਗਣ ਤੋਮਰ ਤੇ ਤਰਵਾਰਨ ਕੋ ਗਹਿ ਕਹਿ ਕਰ ਮਾਹੂ, ਤੱਤਾ ਅੱਖਰ ਹੀ ਵਰਤਿਆ ਸਾਰਾ। ਹਾਂਜੀ, ਜਾਏ ਤੁਫੰਗਣ ਕੋ ਛੁਰਵਾਯੋ, ਜਾਂਦੇ ਹੀ ਗੋਲੀਆਂ ਕਾੜ ਕਾੜ ਕਰਦੀਆਂ ਚਲਾ ਦਿੱਤੀਆਂ। ਇੱਕ ਹੀ ਵਾਰ ਪਰੇ ਬਿਦਯਾਹੂ, ਇੱਕੋ ਵਾਰ ਇਸ ਤਰ੍ਹਾਂ ਪੈ ਗਏ ਦੁਸ਼ਮਣ ਨੂੰ। ਜਿਉ ਦਲ ਟਿੱਡਨ ਕੋ ਲੱਖ ਕੈ, ਜਿਵੇਂ ਟਿੱਡੀ ਦਲ ਨੂੰ ਵੇਖ ਕੇ ਹਿਤ ਮਾਰਨ ਧਾਏ ਬੇਹੰਗਮ ਤਾਹੂ, ਕਹਿੰਦੇ ਪੰਛੀ ਆ ਪਏ ਹੁੰਦੇ ਹਨ। 7000 ਉੱਪਰ 500, 7000 ਦੇ ਉੱਤੇ 500 ਸਿੱਖ ਜਾ ਪਿਆ। ਦੌੜ ਗਏ ਇਮ ਮਾਰਨ ਕੋ, ਵੈਰੀ ਨੂੰ ਦੌੜ ਕੇ ਗਏ ਨੇ ਮਾਰਨ ਵਾਸਤੇ। ਹੋਤ ਛੁਦਾ ਤੁਰ ਕੇ ਹਰ ਜੋ, ਜਿਵੇਂ ਭੁੱਖਾ ਸ਼ੇਰ ਨਿਕਲਦਾ ਬੇਲੇ ਚੋਂ। ਮੇਘ ਕੋ ਸੁਨ ਨਾਦ ਨਿਹਾਰਨ ਕੋ, ਔਰ ਕਹਿੰਦੇ ਉਹ ਵੇਖਦਾ ਚਾਹੁੰਦਾ ਵੀ ਚੱਲ ਕੇ ਸ਼ਿਕਾਰ ਕਿਹੋ ਜਿਹਾ ਹਿਰਣ ਨੂੰ ਖਾਈਏ। ਹੱਥ ਉਠਾਏ ਸਕੈ ਨਾ ਰਿਪੂ, ਤੇ ਵੈਰੀ ਠੰਡ ਨਾਲ ਠਰੇ ਪਏ ਹੱਥ ਨੀ ਚੁੱਕ ਸਕਦੇ। ਹਰ ਸੁਨ ਪਏ ਹਿਤ ਹਾਰਨ ਕੋ, ਕਹਿੰਦੇ ਉਹਨਾਂ ਦੇ ਹਾਰਨ ਦਾ ਬਹਾਨਾ ਕੁਦਰਤ ਨੇ ਬਣਾ ਦਿੱਤਾ, ਹੱਥ ਸੁਨ ਮੁਨ ਹੋ ਗਏ ਨੇ। ਵੈਨਾ ਤੁਫੰਗ ਸੰਭਾਲਣ ਕੋ, ਕਹਿੰਦੇ ਕੋਈ ਵੀ ਬੰਦੂਕ ਸੰਭਾਲ ਨਹੀਂ ਸਕਿਆ। ਤਬ ਕੌਣ ਗਹਿ ਤਰਵਾਰਨ ਕੋ, ਕੌਣ ਤਲਵਾਰਾਂ ਨੂੰ ਫੜੇਗਾ। ਆਧ ਹਜ਼ਾਰ ਤੁਫੰਗ ਛੁੱਟੀ, ਕਹਿੰਦੇ ਅੱਧੇ ਹਜ਼ਾਰ 500 ਬੰਦੂਕ ਇਕੱਠੀ ਸਿੱਖਾਂ ਦੀ ਜਦੋਂ ਚੱਲੀ। ਰਿਪ 400 ਮਾਰ ਕੇ ਭੂਮ ਗਿਰਾਏ, 400 ਵੈਰੀ ਮਾਰ ਕੇ ਲੰਮਾ ਪਾਤਾ। ਛੁੱਟ ਗਏ ਰਾਨ ਤੁੰਡਰ ਮੁੰਡ, ਕਹਿੰਦੇ ਕਈਆਂ ਦੇ ਮੱਥੇ, ਕਈਆਂ ਦੇ ਛਾਤੀਆਂ, ਕਈਆਂ ਦੇ ਮੋਢੇ ਚੀਰੇ ਗਏ। ਪ੍ਰਚੰਡ ਹੀ ਘਾਉ ਲੱਗੇ ਸਮਦਾਏ, ਸਾਰਿਆਂ ਨੂੰ ਜ਼ਖਮ ਲੱਗੇ ਤੇ ਧੜਾਧੜ ਘੋੜਿਆਂ ਤੋਂ ਥੱਲੇ ਡਿੱਗਦੇ ਨੇ। ਬ੍ਰਿੰਦ ਪਠਾਨ ਗਿਰੇ ਮੁਗਲੇ, ਬੜੇ ਬੜੇ ਮੁਗਲੇ ਤੇ ਪਠਾਨ ਡਿੱਗੇ ਨੇ। ਹਥਿਆਰ ਨਾ ਹੋਏ ਸਕੈ ਪਛਤਾਏ, ਕਹਿੰਦੇ ਸਾਹਮਣੇ ਆ ਕੇ ਯੁੱਧ ਨਹੀਂ ਕਰ ਸਕਦੇ। ਹਾਏ ਕਰਾਹਤ ਕੋ ਹੱਥ ਪਏ, ਹਾਏ ਹਾਏ ਕਹਿੰਦੇ ਨੇ, ਕਈ ਮਰ ਗਏ ਨੇ ਤੇ ਕਈ ਤੜਫਦੇ ਨੇ। ਕੁਛ ਜੀਵਤ ਪਾਏ ਦੁਰੇ ਹੈ ਧਾਏ, ਕੋਈ ਸਾਧ ਸੰਗਤ ਜੀ ਜਿਉਂਦੇ ਹੀ ਪਿਛਾਂ ਨੂੰ ਮੁੜ ਗਏ ਡਰ ਕੇ ਵੀ ਇੱਥੇ ਤੇ ਮਰ ਜਾਵਾਂਗੇ। ਇਸ ਤਰ੍ਹਾਂ ਇਹ ਜੰਗ ਹੋ ਰਿਹਾ। ਅੱਗੇ ਆਪਾਂ ਇਸ ਜੰਗ ਦੀ ਕਥਾ ਸਰਵਣ ਕਰਨੀ ਹੈ। ਬੜਾ ਵੱਡਾ ਮਹਾਨ ਯੁੱਧ ਮਾਲਵੇ ਦੀ ਧਰਤੀ 'ਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਕੀਤਾ ਸੀਗਾ। ਇੱਕ ਜੰਗ ਮਹਾਰਾਜ ਨੇ ਸ਼੍ਰੀ ਅੰਮ੍ਰਿਤਸਰ ਕੀਤਾ ਪਹਿਲਾ, ਦੂਸਰਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਬਿਆਸ ਦਰਿਆ ਦੇ ਕੰਢੇ 'ਤੇ, ਤੀਸਰਾ ਇਹ ਮਹਾਰਾਜ ਦੀ ਧਰਤੀ 'ਤੇ ਬਠਿੰਡੇ ਦੇ ਇਲਾਕੇ ਵਿੱਚ ਹੈ, ਫੂਲ ਮਹਾਰਾਜ ਦਾ ਇਲਾਕਾ, ਉੱਥੇ ਮਹਾਰਾਜ ਨੇ ਮਾਲਵੇ 'ਚ ਲੜਿਆ। ਚੌਥਾ ਜੰਗ ਕਰਤਾਰਪੁਰ ਸਾਹਿਬ ਦੁਆਬੇ ਦੀ ਧਰਤੀ 'ਤੇ ਜਲੰਧਰ ਲੜਿਆ। ਇਹ ਚਾਰਾਂ ਜੰਗਾਂ ਦੀ ਕਥਾ ਬੜੀ ਮਹਾਨ ਹੈ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬ ਪਰਉਪਕਾਰੀ ਪਾਤਸ਼ਾਹ ਦੀ ਇਹ ਕਥਾ ਆਪਾਂ ਆਉਣ ਵਾਲੇ ਦਿਨਾਂ 'ਚ ਸਰਵਣ ਕਰਨੀ ਹੈ।